ਸਟੀਪ ਹੁੰਦਾ ਤੇ ਰੋ ਭਗ ਪਿੱਟ ਤੇ ਉੱਥੇ ਹੀ ਕਰ ਗੁਜ਼ਾਰਾ। ਮੇਰੀ ਮਾਂ ਆਉਂਦੀ ਸੀਗੀ ਜੇ ਮੇਰੀ ਧੀ ਹੋਏਗੀ ਤਾਂ ਇਹਦੇ ਨਾਲ ਗੁਜ਼ਾਰਾ ਕਰੇਗੀ, ਜੇ ਨਹੀਂ ਹੋਏਗੀ ਤਾਂ ਚੰਗਿਆਂ ਨਾਲ ਤਾਂ ਹਰ ਕੋਈ ਗੁਜ਼ਾਰਦਾ। ਸਵਾਦ ਤਾਂ ਤਾਹਦੇ ਜੇ ਮੰਦਿਆਂ ਨਾਲ ਵੀ ਬੰਦਾ ਗੁਜ਼ਾਰੇ, ਮੰਦਾ ਤਾਂ ਖੈਰ ਨਹੀਂ ਸੀ ਹੈ, ਬਸ ਜ਼ਰਾ ਮਾਲੀ ਹਾਲਾਤ ਖਰਾਬ ਸਨ। ਲੰਘ ਹੀ ਗਈ ਅੱਲਾਹ ਦਾ ਸ਼ੁਕਰ ਹੈ, ਇੱਜ਼ਤ ਨਾਲ ਲੰਘ ਆਈ। ਮੈਂ ਆਪਣੀ ਮਾਂ ਦੀ ਗੱਲ ਵੀ ਦੱਸਣੀ ਆ ਕਿ ਮਾਂ ਮੇਰੀ ਆਉਂਦੀ ਸੀ, ਤੁਸੀਂ ਆਪਣੀ ਗੱਲ, ਮੇਰੀ ਧੀ ਹੋਏਗੀ ਤੇ ਨਿਭਾ ਕੇ ਵਹਾਏਗੀ। ਜਦੋਂ ਮੇਰੀ ਇਹ ਸ਼ਾਦੀ ਹੋਈ, ਮੇਰੀ ਸ਼ਾਦੀ ਨੂੰ ਹੋਣਾ ਜਿਆ 10 ਸਾਲ ਹੋਣੇ ਨੇ ਕੁਛ ਦੇਰ ਤੱਕ, ਤੇ ਮੈਨੂੰ ਮੇਰੇ ਖਾਲੂ ਨੇ ਗੱਡੀ 'ਚ ਜੋ ਬਿਠਾਇਆ ਸੀ, ਤੇਰਾ ਹੁਣ ਉੱਥੋਂ ਜਨਾਜ਼ਾ ਹੀ ਆਉਣਾ ਚਾਹੀਦਾ ਹੈ। ਪਹਿਲੇ ਦਿਨ ਆਖਿਆ, ਹਾਂ ਬਰਾਤ ਵਾਲੇ ਦਿਨ ਜਦੋਂ ਮੈਨੂੰ ਉਹਨਾਂ ਨੇ ਗੱਡੀ 'ਚ ਬਿਠਾਇਆ, ਤੇਰੀ ਉੱਥੋਂ ਡੋਲੀ ਆਉਣੀ ਚਾਹੀਦੀ ਹੈ, ਮੈਨੂੰ ਇਹ ਕਹਿ ਕੇ ਚੱਲਿਆ। ਸਾਡੇ ਕਿ ਸਾਡੇ ਘਰਾਂ 'ਚ ਇੱਕ ਮੈਂ ਕਦੀ ਸੁਣਿਆ ਹੀ ਨਹੀਂ ਹੈ, ਪੁਰਾਣੇ ਵਕਤਾਂ 'ਚ ਸ਼ਾਇਦ ਕਰਦੇ ਹੋਣੇ ਨੇ, ਲੇਕਿਨ ਮੈਂ ਪਹਿਲੀ ਦਫ਼ਾ ਸੁਣਿਆ ਕਿ ਅੰਕਲ ਨੇ ਮੈਨੂੰ ਇਹ ਆਖਿਆ, ਉਹਨਾਂ ਨੇ ਮੈਨੂੰ ਬਿਠਾਇਆ ਸੀ। ਮੇਰੇ ਮਾਂ ਪਿਓ ਮੈਨੂੰ ਇਹ ਗੱਲ ਤਾਂ ਨਹੀਂ ਸੀ ਕਹੀ, ਪਰ ਮੈਂ ਇੱਕ ਦੋ ਵਾਰੀ ਨਾਰਾਜ਼ ਹੋਈ ਨਾ ਕਿ ਉਹ ਤੰਗੀ ਸੀ, ਨਹੀਂ ਹੈ ਕੋਈ, ਮੈਂ ਜਾਣਾ ਉੱਤੋਂ ਸਿੱਧੀ ਤੰਦ ਵੀ ਨਹੀਂ ਨਾ ਪਾਉਂਦਾ ਤੇਰਾ ਭਾਅ ਜੀ, ਅਤੇ ਮੈਂ ਬਿਮਾਰ ਹੋਣਾ ਅਤੇ ਬਾਹਰ ਨਿਕਲ ਜਾਣਾ ਅਤੇ ਪਰਤ ਕੇ ਨਾ ਵੇਖਣਾ, ਅਤੇ ਮੈਂ ਭੁੱਖੀ ਪਈ ਮਰਨਾ ਨਾਲੇ ਉੱਤੋਂ ਬਿਮਾਰ ਅਤੇ ਨਾਲੇ, ਅਤੇ ਉਹ ਮੈਂ ਫਿਰ ਜਾ ਕੇ ਸ਼ਿਕਾਇਤ ਕਰਨੀ ਨਾ ਕਿ ਲੜ ਕੇ ਤਾਂ ਨਹੀਂ ਹੋ ਜਾਂਦੀ, ਸ਼ਿਕਾਇਤ ਕਰਦੀ ਹਾਂ ਕਿ ਇੰਝ ਕਰ, ਅਤੇ ਫਿਰ ਮੇਰੀ ਮਾਂ ਆਉਂਦੀ ਸੀ ਲੜ ਕੇ ਵੀ, ਮੈਂ ਇੱਕ ਦੋ ਵਾਰੀ ਆਈ ਸਾਂ, ਮੈਂ ਕਿਹੜਾ ਨਹੀਂ ਹਾਂ ਗਏ, ਅਤੇ ਮੇਰੀ ਮਾਂ ਆਉਂਦੀ ਸੀ ਇੱਥੇ ਲੜ ਕੇ ਨਾ ਆਈ, ਸੁਲਾ ਨਾ ਆਈ, ਨਹੀਂ ਤਾਂ ਕਿਸੇ ਹੋਰ ਪਾਸੇ ਮੂੰਹ ਕਰੀਏ, ਇੱਧਰ ਨਾ ਕਰੀਏ, ਇੰਝ ਹੀ ਹੋਇਆ ਇੱਕ ਵਾਰੀ ਲੜਾਈ ਹੋਈ, ਈਦ ਮੁਕੱਦਸ ਦੇ ਕੇ ਤੇ ਆਇਆ ਬਸ਼ਰ, ਅਤੇ ਮੈਂ ਉੱਥੇ ਕੋਈ ਨਹੀਂ ਸਾਂ, ਇਹਨਾਂ ਲੜ ਕੇ ਸਾਨੂੰ ਘਰੋਂ ਕੱਢ, ਮੇਰੀ ਸੱਸ ਨੇ ਮੈਨੂੰ ਘਰੋਂ ਕੱਢ ਛੱਡਦੀ ਸੀ ਸਣੇ ਪੁੱਤਾਂ ਨੂੰ, ਅਸੀਂ ਇੱਥੋਂ ਲੈ ਕੇ ਨਿਕਲ ਜਾ, ਮੈਂ ਤੈਨੂੰ ਰੱਖਣਾ ਹੀ ਬੱਚਿਆਂ ਸਮੇਤ ਦੋ ਵਾਰੀ ਕੱਢੇ ਹਨ ਇਸ ਤਰ੍ਹਾਂ, ਫਿਰ ਲੋਕ ਜੁੱਤੀਆਂ ਮਾਰਦੇ, ਮੈਂ ਨਹੀਂ ਹੈ ਨਾ ਹੁੰਦੀ ਫਿਰ ਵਾਪਸ, ਮੈਂ ਕਿਹਾ ਇਹਨਾਂ ਤਾਂ ਮੈਨੂੰ ਫਿਰ ਕੱਢ ਦੇਣਾ ਤਾਂ ਫਾਇਦਾ ਜਾਂਦਾ, ਜਦੋਂ ਗੁੱਸਾ ਲੱਗਦਾ ਉਦੋਂ ਆਉਂਦੇ ਨੇ ਆਇਆ, ਅਤੇ ਜਦੋਂ ਗੁੱਸਾ ਚੜ੍ਹਦਾ ਆਉਂਦੇ ਨੇ ਨਿਕਲ ਜਾਓ ਇੱਥੋਂ ਬਾਹਰ, ਅਤੇ ਬੰਦਾ ਉਹ ਮਾਂ ਪਿਓ ਦੀ ਗੱਲ ਨਹੀਂ ਨਾ ਟਾਲਦਾ, ਉਹ ਆਉਂਦਾ ਸੀ ਜੋ ਮੇਰੇ ਮਾਂ ਪਿਓ ਆਉਂਦੇ ਨੇ ਗੁੱਸਾ ਚੜ੍ਹਿਆ ਤਾਂ ਫਿਰ ਇਹਨਾਂ ਬੁਲਾ ਹੀ ਲੈਣਾ, ਚੱਲ ਅਸੀਂ 4 ਦਿਨ ਅਸੀਂ ਜੱਟਾਂ ਦੇ ਘਰ ਰਹੇ, ਅਤੇ ਕਦਾ ਸੀਧ ਦੇਣ ਗਿਆ ਬਸ਼ਰ, ਅਤੇ ਉੱਥੇ ਕੋਲ ਉਹਨੇ ਪੁੱਛਿਆ ਕਿ ਮਾਂ ਜੀ ਬਾਜੀ ਕਿੱਥੇ ਮੇਰੀ ਆਉਂਦੀ, ਸਾਨੂੰ ਕੀ ਪਤਾ ਕਿੱਥੇ ਅਤੇ ਕਿੱਥੇ ਨਹੀਂ, ਅਤੇ ਉਹ ਫਿਰ ਚੁੱਪ ਲਾਜਵਾਬ ਹੋ ਕੇ ਆ ਗਿਆ, ਫਿਰ ਘਰ ਗਿਆ, ਬਾਜੀ ਮਨਜ਼ੂਰਾਂ ਨੂੰ ਈਦ ਦਿੱਤੀ ਹੋਰੇ ਪਹਿਲਾਂ ਹੀ ਦੇ ਕੇ ਆਏ ਹਨ, ਆਉਂਦਾ ਜੀ ਬਾਜੀ ਮਨਜ਼ੂਰਾਂ ਘਰ ਹੁੰਦੇ ਤਾਂ ਬਾਈ ਉੱਥੇ ਮੈਨੂੰ ਨਜ਼ਰ ਹੁੰਦੇ, ਕਿੱਥੇ ਗਏ ਨੇ, ਰੋਜ਼ੇ ਹਨ ਦੂਸਰੇ ਦਿਨ ਈਦ ਸੀ, ਤੀਸਰੇ ਦਿਨ ਉਰੇ, ਅਤੇ ਜਾ ਕੇ ਦੱਸਿਆ ਮੇਰੀ ਮਾਂ ਤਾਂ ਅੱਧੀ ਰਾਤ ਰੋਜ਼ਾ ਖੋਲ੍ਹਣ ਤੋਂ ਰੋਣਾ ਸ਼ੁਰੂ ਹੋ ਗਏ, ਆਖੇ ਮੈਂ ਉਹਨੂੰ ਆਖਿਆ ਸੀ ਇੱਧਰ ਮੂੰਹ ਨਾ ਕਰੀ ਕਿਸੇ ਹੋਰ ਪਾਸੇ ਜਾਈ, ਉਹ ਕਿਤੇਲੇ ਨਹਿਰ 'ਚ ਛਾਲ ਮਾਰ ਕੇ ਮਰ ਗਈ ਹੈ, ਮੇਰੀ ਧੀ ਮੇਰੀ ਚੱਲੀ ਸ਼ਦੈਨ ਧੀ ਨਹੀਂ, ਮੇਰੀ ਇਹ ਤੀਲੀਏ ਧੀਏ ਸ਼ਦੈਣੇ ਨਹੀਂ, ਮੈਂ ਹੀ ਤੈਨੂੰ ਆਖਿਆ ਰੋਏ ਫਿਰ ਉੱਚੀ ਉੱਚੀ, ਅਤੇ ਭਾ ਭਾ ਕੋ ਵੇਖਿਆ ਨਾ ਜਾਏ, ਭਾ ਬੱਚੇ ਵੀ ਨਾਲ ਹੀ ਸਨ, ਬੱਚੇ ਵੀ ਮੇਰਾ ਮੀਆਂ ਵੀ ਨਾਲ, ਮੈਂ ਕਿਹੜਾ ਇਕੱਲੀ ਸਭ 'ਚ ਗਈ, ਅਤੇ ਮੇਰਾ ਉਹਨਾਂ ਨੂੰ ਫੋਨ ਵੱਜਦਾ ਪਿਆ, ਚਲੋ ਠੀਕ ਹੋਣਾ ਚੁੱਕਦਾ, ਅਤੇ ਉਹਨਾਂ ਫਿਰ ਗਿਆ ਅਤੇ ਭਾ ਕਿ ਅੰਮਾ ਜੀ ਚੁੱਪ ਕਰ ਜਾਓ, ਮੈਨੂੰ ਨਾ ਜ਼ਰਾ ਕੁ 2-3, 10-11 ਦਾ ਟਾਈਮ ਸੀ, ਸੋਲਦੀ ਨਹੀਂ ਅਤੇ ਰੋਂਦੀ ਸੀ, ਕਹਿੰਦਾ ਮੈਨੂੰ ਰੋਜ਼ਾ ਰੱਖ ਲੈਂਦੇ ਉਹ ਮਾਂ ਜੀ, ਮੈਂ ਜਾਵਾਂਗਾ ਅਤੇ ਉਹਨੂੰ ਲੈ ਕੇ ਆਵਾਂਗਾ, ਅਤੇ ਨਾ ਲੈ ਕੇ ਆਇਆ ਤਾਂ ਮੈਂ ਘਰ ਨਹੀਂ ਆਵਾਂਗਾ, ਅਤੇ ਤੁਸੀਂ ਚੁੱਪ ਕਰ ਜਾਓ, ਚੁੱਪ ਨਾ ਕਰੋ, ਰੋਵੋ ਨਾ, ਅੰਮਾ ਰੋਵੇ ਰੋ ਰੋ ਕੇ ਦਿਨ ਚਾੜੇ, ਫਿਰ ਭਾ ਰੋਜ਼ਾ ਰੱਖ ਦੇ ਅਤੇ ਆ ਗਿਆ, ਅਤੇ ਆਏ ਅਤੇ ਜਾ ਕੇ ਫਿਰ ਉਹਨਾਂ ਨੂੰ ਪੁੱਛੇ ਉਹਨੇ, ਅਤੇ ਉਹਨਾਂ ਇਹੋ ਜਵਾਬ ਦਿੱਤਾ, ਸਾਨੂੰ ਕੀ ਪਤਾ ਕਿੱਥੇ ਅਤੇ ਕਿੱਥੇ, ਅਸੀਂ ਸਾਨੂੰ ਦੱਸ ਕੇ ਜਾਂਦੇ ਨੇ, ਅਤੇ ਕਿਤੇ ਨਾ ਅੱਡੇ 'ਤੇ ਨਾ ਆ ਕੇ ਬੈਠੇ ਕਿਸੇ ਹੋਟਲ 'ਤੇ ਕੁਰਸੀ 'ਤੇ, ਅਤੇ ਉਹ ਇਹਨਾਂ ਨੇ ਉਸਨੇ ਐਸਾ ਮਾਜਰ ਦਾ ਸੂਟ ਸੀ ਆਪਣਾ ਦਿੱਤਾ ਸੀ, ਅਤੇ ਉਹ ਲੈਣ ਆਏ ਕਿਤੇ ਲੈ ਰਹੇ ਤੇ ਆਬੂ, ਅਤੇ ਉੱਥੇ ਨੀਫ ਨੂੰ ਭਾਅ ਜੀ ਨੂੰ ਨਜ਼ਰ ਆ ਗਏ, ਜਾ ਕੇ ਜੱਫਾ ਮਾਰ ਕੇ, ਉਹ ਯਾਰ ਤੂੰ ਕਿੱਥੇ ਮੱਛੀ ਨਾ ਕਿੱਥੇ, ਮੇਰੀ ਮਾਂ ਤਾਂ ਰਾਤ ਦੀ ਰੋ ਰੋ ਕੇ ਮਰ ਚੱਲੀ ਹੈ, ਅਤੇ ਮੈਂ ਤਾਂ ਫਿਰ ਰਾਤ ਕੀ ਮੇਰੇ ਤੜਫ ਕੇ ਕੱਢਦੀ ਮਾਂ ਨੂੰ ਰੋਂਦਿਆਂ ਵੇਖ ਕੇ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਅਤੇ ਫਿਰ ਮੈਨੂੰ ਲੈ ਕੇ ਉਹ ਜੱਟਾਂ ਮੇਰੀ ਖਾਲਾ ਬਣੀ ਸੀ, ਅਤੇ ਉੱਥੇ ਨਾ ਕਿਦਾਂ ਗਏ, ਅਤੇ ਕਿਦਾਂ ਫਿਰ ਆਖ ਲਾਂਗੇ ਚੱਲ ਪਾ ਕੱਪੜੇ ਤਿਆਰ ਹੋ, ਅਤੇ ਉਨੀ ਦੇਰ ਨੂੰ ਅੰਮਾ ਨੇ ਨਾ ਰਾਬਤਾ ਕਰ ਲਿਆ ਸੀ ਇਹਦੇ ਨਾਲ, ਕਿ ਫੋਨ ਸ਼ੋਨ ਮੇਰੇ ਹਾਲ 'ਚ ਨਹੀਂ ਕੋ ਨਹੀਂ ਹੈ ਹੀ ਨਹੀਂ ਸੀ ਫੋਨ, ਨਹੀਂ ਅੰਮਾ ਨੇ ਆਖਿਆ ਕਿ ਉਹ ਨਾ ਮਸਜਿਦ 'ਚ ਬਹਿ ਕੇ ਅੱਬੇ ਦੀ, ਅੱਬੇ ਨੇ ਕਿਸੇ ਨੇ ਅੱਬੇ ਦੀ ਬਿਸਤੀ ਕੀਤੀ ਕਿ ਇੱਕ ਦੀ ਤਾਂ ਔਲਾਦ ਹੈ ਨਹੀਂ, ਅਤੇ ਜਿਹਨੂੰ ਰੱਬ ਨੇ ਭੋਲੇ ਪਾ ਦਿੱਤੀ ਭੋਲਾ ਜਿਹਾ ਪੁੱਤਰ ਹੈ, ਉਹ ਤਾਂ ਚੰਗੀ ਮੰਦੀ ਕਿਸੇ ਨਾਲ ਕਰਦਾ ਹੀ ਨਹੀਂ, ਅਤੇ ਇਹ ਜਦੋਂ ਫੜਦੇ ਨੇ ਤਾਂ ਉਹਨੂੰ ਬਾਹਰ ਕੱਢ ਛੱਡਦੇ, ਕਿਸੇ ਜ਼ਾਹਿਰ ਸ਼ਰੀਕੇ 'ਚੋਂ ਕਿਸੇ ਨਾਲ ਕੀਤੀ ਗੱਲ, ਉਹਨਾਂ ਇਹਦੀ ਅੱਬੇ ਕੋ ਬਰਦਾਸ਼ਤ ਨਾ ਹੋਈ, ਅਤੇ ਅੱਬੇ ਨੂੰ ਇਹ ਵੀ ਪਤਾ ਸੀ ਮੇਰੀ ਮਾਂ ਜ਼ਬਾਨ ਦੀ ਬੜੀ ਤੇਜ਼ ਹੈ, ਜਦੋਂ ਬੀਵੀ ਜਦੋਂ ਬੋਲਦੀ ਹੈ ਕੋਈ ਛੱਡਦੀ ਨਹੀਂ ਪਾਸਾ,
ਉਹਨੇ ਫਿਰ ਨੀਫ ਨੂੰ ਮਿਲ ਕੇ ਤੇ ਆਂਦੇ ਨੇ ਆ ਗਿਆ ਨੀਫ ਤੇ ਬਾਜੀ ਮੇਰੀ ਮਾਝੇ ਚ ਬੜੀ ਬੇਇੱਜ਼ਤੀ ਹੋਈ ਨੰਦਾ ਨਹੀਂ ਅੰਜੀ ਕਰਦੀਆਂ ਹੁੰਦੀਆਂ ਸਾਰੇ ਨਹੀਂ ਮੈਂ ਨਹੀਂ ਬਾਈ ਝੂਠ ਬੋਲਣਾ ਨਾ ਕੋਈ ਮੇਰਾ ਦਿਓਰ ਮੇਰੇ ਨਾਲ ਲੜਦਾ ਸੀ ਨਾ ਮੇਰੀ ਨਨਾਣ ਮੈਨੂੰ ਅੱਜ ਤੱਕ ਕੋਈ ਰਿਸ਼ਤਿਆਂ ਤੋਂ ਕੋਈ ਤਲਖੀ ਹੋਈ ਹੈ ਨਾ ਸਾਹਮਣੇ ਫਿਰ ਵੀ ਨਹੀਂ ਰਾਣੀ ਨੇ ਮੇਰੇ ਨਾਲ ਜ਼ਬਾਨ ਚਲਾਈ ਬਾਅਦ ਚੋ ਇਹ ਦੋ ਭਰਾਵਾਂ ਨਾਲ ਛੋਟੀ ਸੀ ਰਾਣੀ ਮੀਤ ਨਾਲ ਛੋਟੀ ਹੈ ਪਹਿਲਾਂ ਤਿੰਨਾਂ ਭਰਾਵਾਂ ਤੋਂ ਨੀਫ ਮਜੀਦ ਤੇ ਮੀਤ ਤੇ ਮੀਤ ਤੋਂ ਛੋਟੀ ਰਾਣੀ ਹੈ ਜੀਵਾਂ ਤੇ ਸਭ ਨਾਲ ਛੋਟੀ ਹੈ ਜੀਵਾਂ ਤੇ ਸਭ ਤੋਂ ਛੋਟੀ ਉਹ ਤੇ ਮੇਰੇ ਦੋ ਬੱਚਿਆਂ ਤੋਂ ਵੀ ਛੋਟੀ ਹੈ ਤੇ ਉਹ ਮੈਂ ਕਿ ਬਈ ਗਲਤ ਕਰਾਂ ਨਾ ਮੈਂ ਕਿਸੇ ਨਾਲ ਆਪ ਸਭਾ ਕਦੀ ਕੀਤੀ ਸੀ ਤੇ ਜਦੋਂ ਧੀ ਪੁੱਤਰ ਨਾਲ ਪਿਆਰ ਕਰੋ ਤੇ ਮੇਰਾ ਨੀ ਖਿਆਲ ਕਰਦਾ ਕਿ ਉਹ ਤਲਖੀ ਨਾ ਕਰੇਗਾ ਸਗੋਂ ਰਾਣੀ ਨੇ ਨਾ ਨੇ ਨਾ ਦੋ ਵਾਰੀ ਅੰਮਾ ਕੋਲ ਮੇਰੇ ਸਰਕਾਰ ਝੰਡਾ ਖਾਧੀਆਂ ਇਹ ਲੁੱਕ ਕੇ ਮੇਰੇ ਕੋਲ ਆ ਜਾਂਦੀ ਸੀ ਤੇ ਬੈਠੇ ਹੁੰਦੇ ਹਾਂ ਤੇ ਅੰਮਾ ਫਿਰ ਜਦੋਂ ਜਾਂਦੀ ਸੀ ਤੇ ਅੰਮਾ ਇਹਨੂੰ ਮਾਰਦੀ ਸੀ ਕਿ ਮੈਨੂੰ ਉਹ ਚੰਗੀ ਨਹੀਂ ਲੱਗਦੀ ਤੇ ਤੂੰ ਉਹਦੇ ਕੋਲ ਜਾ ਕੇ ਛੁੱਪੇ ਪਾ ਕੇ ਬੈਠੀ ਹੋਣੀ ਝੰਡਾ ਵੱਜਦੀਆਂ ਵੇਖੀਆਂ ਨਾ ਤੇ ਮੈਨੂੰ ਫਿਰ ਦੁੱਖ ਹੁੰਦਾ ਸੀ ਮੈਂ ਫਿਰ ਇਹਨੂੰ ਆਖਿਆ ਨਾਨ ਮੈਂ ਕਿਹਾ ਨਾਨ ਨਾ ਇੱਧਰ ਆਇਆ ਕਰ ਵੇਖ ਅੰਮਾ ਨੇ ਆਂਦੀ ਹੈ ਨਹੀਂ ਮੈਨੂੰ ਤਾਂ ਨਹੀਂ ਮਾਰੀਆਂ ਮੈਂ ਕਿਹਾ ਮੈਂ ਕੰਨ ਤੇ ਖਲੋ ਕੇ ਵੇਖਣ ਡਈ ਹਾਂ ਅੰਮਾ ਨੇ ਤੈਨੂੰ ਝੰਡਾ ਮਾਰੀਆਂ ਦੋ ਫਿਰ ਆਂਦੀ ਹੈ ਅੱਛਾ ਚਲੋ ਫਿਰ ਹੁਣ ਵੇਖ ਲਿਆ ਜੇ ਤੇ ਅੰਮਾ ਦੀ ਤਿਆਰ ਤੇ ਕੁਛ ਨਹੀਂ ਹੁੰਦਾ ਬਾਜੀ ਮੈਂ ਕਿਹਾ ਨਹੀਂ ਨਾ ਮੇਰੀ ਧੀ ਜਿੰਨਾ ਚਿਰ ਸੁਲਾ ਨਹੀਂ ਨਾ ਹੁੰਦੀ ਤੂੰ ਨਾ ਇੱਧਰ ਆਇਆ ਕਰ ਮੈਂ ਦੂਸਰੀ ਸਲਮਾ ਬਾਜੀ ਨਾਲ ਸਹੀ ਸਨ ਸਹੀ ਹੀ ਆਖਿਆ ਮੇਰਾ ਬੰਦਾ ਕਮਾਉਂਦਾ ਨਹੀਂ ਧੀਏ ਮੇਰੇ ਨਾਲ ਕੋਈ ਲੜਾਈ ਨਹੀਂ ਸੀ ਸਿਰਫ ਖਰਚੇ ਤੋਂ ਬਾਜ਼ਾਰ ਹੁੰਦੇ ਹਨ ਉਹ ਦੂਸਰੇ ਕਮਾਉਂਦੇ ਬਾਲ ਜੰਮਦੇ ਜਾਂਦੇ ਆਹੋ ਮਜੀਦ ਤੇ ਸਾਰੇ ਕਰਦਾ ਸੀ ਤੇ ਔਲਾਦ ਉਹਦੀ ਹੈ ਨਹੀਂ ਤੇ ਉਹਦਾ ਨਾਲੇ ਉਹਦੇ ਮਾਪੇ ਹਨ ਖਾਂਦੇ ਪੀਂਦੇ ਉਹ ਜਦੋਂ ਜਾਂਦੀ ਸੀ ਨਾ ਦੋ ਦੋ ਤਰ੍ਹਾਂ ਤਰ੍ਹਾਂ ਮਹੀਨੇ ਰਹਿੰਦੀ ਸੀ ਇਹ ਜ਼ਿਆਦਾਤਰ ਆਜ਼ਾਦ ਕਸ਼ਮੀਰ ਰਹਿੰਦਾ ਸੀ ਫੌਜ ਦੇ ਵਿੱਚ ਨਾ ਕੱਪੜੇ ਸੀਂਦਾ ਸੀ ਦੋਵੇਂ ਭਰਾ ਅਤੇ ਇਸ ਸ਼ੁਰੂ ਤੋਂ ਦੋਵੇਂ ਇਕੱਠੇ ਰਹੇ ਨੇ ਨਵੀਰ ਅਤੇ ਮਜੀਦ ਅਤੇ ਉਹ ਨਾ ਉਹ ਜਦੋਂ ਘੱਲਦੇ ਸਨ ਉਹ ਧੀ ਨੂੰ ਉਮਣਾ ਦੁਮਣਾ ਜਿਵੇਂ ਕਹਿੰਦੇ ਨੇ ਭਰ ਭਰ ਨਹੀਂ ਘੱਲਦੇ ਇੰਝ ਉਹ ਘੱਲਦੇ ਸਨ ਕਿ ਭਾਈ ਸਾਡੇ ਹਰ ਧੀਆਂ ਨੂੰ ਸਾਰੇ ਕੋਈ ਖਾਂਦਾ ਪੀਂਦਾ ਹੋਵੇ ਤੇ ਦਿੰਦਾ ਹੈ ਤੇ ਉਹ ਉਹਦੇ ਨਾਲ ਡਰਦਿਆਂ ਕੋਈ ਗੱਲ ਕਰਦੇ ਵੀ ਨਹੀਂ ਸਨ ਤੇ ਅੱਲਾ ਜਾਂਦਾ ਕਿ ਉਹਦਾ ਖਰਚਾ ਵੀ ਚਲੋ ਦੋ ਜੀ ਸਨ ਸਾਡੇ ਜਾਂਦੇ ਹੀ ਰੱਬ ਨੇ ਸਾਲ ਬਾਅਦ ਪੁੱਤਰ ਦਿੱਤਾ ਫਿਰ ਡੇਢ ਸਾਲ ਬਾਅਦ ਫਿਰ ਪੁੱਤਰ ਹੋ ਗਿਆ ਜਿਹੜਾ ਸਾਜਦ ਹੈ ਹਾਂ ਤੇ ਉਹ ਫਿਰ ਖਰਚੇ ਤੋਂ ਨਾ ਬਾਜ਼ਾਰ ਹੁੰਦੇ ਹਨ ਤੇ ਫਿਰ ਵੀ ਇਸ ਗੱਲ 'ਚ ਮੇਰਾ ਕੀ ਕਸੂਰ ਸੀ ਜਦੋਂ ਤੁਹਾਡਾ ਪੁੱਤਰ ਕੱਖ ਨਹੀਂ ਕਰਦਾ ਹੀ ਸਜੇ ਵਿਆਹਣਾ ਸਾਡੇ ਨਾਲ ਤੇ ਝੂਠ ਫਰਾਡ ਕਰਕੇ ਵਿਆਹ ਉੱਤੋਂ ਇਹ ਫਰਾਡ ਵੀ ਉਹਨੂੰ ਦੌਰਾ ਮਿਰਗੀ ਦਾ ਪੈਂਦਾ ਸੀ ਇਹ ਨਹੀਂ ਸੀ ਦੱਸਿਆ ਨਾ ਧੋਵਾ ਦੱਸਦੇ ਮੇਰੀ ਮਾਂ ਪਾਗਲ ਸੀ ਆਪਣੀ ਧੀ ਨੂੰ ਮੇਰੇ 'ਚ ਕੋਈ ਐਬ ਥੋੜ੍ਹਾ ਸੀ ਬਾਈ ਕੋਈ ਨੁਕਸ ਥੋੜ੍ਹਾ ਸੀ ਜਿਹੜਾ ਇਹੋ ਜਿਹੇ ਨਾ ਦੇ ਛੱਡਦੇ ਅਤੇ ਉਹ ਮੇਰਾ ਅਹਿਸਾਨ ਮਾਨਤਾ ਦੇ ਭਾਅ ਜੀ ਤੇਰੇ ਕਿ ਮੈਂ ਜਿਵੇਂ ਦਾ ਵਕਤ ਹੋਇਆ ਨਾ ਪਹਿਲਾਂ ਪਹਿਲਾਂ ਮੈਂ ਦੁਖੀ ਉਹ ਕਿਉਂਕਿ ਅੰਮਾ ਜ਼ਲੀਲ ਕਰਦੀ ਸੀ ਤੇ ਉਹ ਨਹੀਂ ਤੇ ਜਦੋਂ ਤੁਸੀਂ ਗਏ ਹੋ ਤੇ ਤੁਹਾਨੂੰ ਕਿੰਝ ਪਤਾ ਚੱਲਿਆ ਤੁਹਾਡੇ ਮੈਨੂੰ ਇੰਝ ਪਤਾ ਲੱਗਿਆ ਕਿ ਉਹ ਜਦੋਂ ਕਿਤੇ ਪੈਂਦਾ ਸੀ ਨਾ ਦੌਰਾ ਅੱਲਾ ਵੱਲੋਂ ਮੈਂ ਪੈ ਕੇ ਆਈ ਹੁੰਦੀ ਹਾਂ ਮੈਂ ਜਦੋਂ ਮੇਰਾ 15-20 ਦਿਨ ਰਹਿ ਗਏ ਹੈ ਨਾ ਮਹੀਨੇ 'ਚ ਬੱਚਾ ਹੋਣ 'ਚ ਉਦੋਂ ਇਹਨੂੰ ਮੇਰੇ ਸਾਹਮਣੇ ਦੌਰਾ ਪਿਆ ਤੇ ਮੈਂ ਤੇ ਵੇਖਿਆ ਉਹ ਜਦੋਂ ਮੈਂ ਵੇਖਿਆ ਨਾ ਨੱਕ 'ਚੋਂ ਝੱਗ ਵਗੇ ਪਿਆ ਮੂੰਹ 'ਚੋਂ ਵਗੇ ਪਿਆ ਤੇ ਤੋਬਾ ਅਸਤਾਗਫਰ ਜਿਵੇਂ ਤੜਫਦਾ ਸੀ ਨਾ ਤੇਰਾ ਭਾਅ ਜੀ ਕਿਉਂਕਿ ਭਾਈ ਮੇਰਾ ਉਹਦੇ ਨਾਲ ਨਿਕਾਹ ਹੋਇਆ ਸੀ ਤੇ ਮੇਰੇ ਨਵੇਂ ਦਿਨ ਸਨ ਮੈਨੂੰ ਜ਼ਾਹਰੇ ਪਿਆਰ ਹੁੰਦਾ ਆਪਣੀ ਮਰਦ ਨਾਲ ਬੀਵੀ ਨਾਲ ਉਹ ਜਦੋਂ ਮੈਂ ਤੜਫਦਾ ਚਾਰ ਬੰਦੇ ਵੀ ਇਸ ਬੰਦੇ ਨੂੰ ਸਾਹਮਣੇ ਆ ਸਕਦੇ ਜਿਵੇਂ ਦਾ ਹੱਥ ਪੈਰ ਪੁੱਠੇ ਹੋ ਜਾਂਦੇ ਹਨ ਤੇ ਆਨੇ ਬਾਹਰ ਆ ਜਾਂਦੇ ਹਨ ਤੋ ਵਸਤਾ ਫਿਰ ਏਦਾਂ ਭੈੜਾ ਜ਼ਬਰ ਮੈਂ ਮਾਰੀਆਂ ਨੇ ਚੀਕਾਂ ਤੇ ਮੈਂ ਤੜਫ ਤੜਫ ਕੇ ਰੋਣ ਲੱਗ ਪਈ ਕਿ ਇਹਨੂੰ ਕੀ ਹੋ ਮੈਨੂੰ ਨਹੀਂ ਪਤਾ ਕਿ ਮੁਰਗੀ ਦਾ ਦੌਰਾ ਇੰਝ ਪਈ ਤੇ ਉੱਤੋਂ ਛੱਤ ਤੋਂ ਆਈ ਨਾ ਸੁੱਤੇ ਹਨ ਗਰਮੀਆਂ ਤੇ ਛੱਤ ਚੜ੍ਹ ਕੇ ਅਸੀਂ ਵਿਹੜੇ ਸੁੱਤੇ ਆਉਂਦਿਆਂ ਮੇਰੇ ਮੂੰਹ ਤੇ ਨਾ ਇੰਝ ਪੁੱਠੇ ਰੱਖਦੀ ਮਾਰੀ ਉਹ ਚੰਡ ਮੇਰੇ ਦੰਦ ਖੁੱਭ ਗਏ ਮੇਰੇ ਹੁੰਟਾਂ 'ਚ ਕਹਿੰਦੀ ਚੁੱਪ ਕਰ ਤੂੰ ਕਿ ਮੂੰਹ ਅੱਡੇ ਹੈ ਇੰਝ ਕਹਿ ਕੇ ਨਾ ਜ਼ਾਹਿਰ ਮੇਰੇ ਉਹ ਦੰਦਾਂ 'ਚੋਂ ਹੋਂਠਾਂ 'ਚ ਖੂਨ ਵਗਣ ਲੱਗ ਪਿਆ ਅਤੇ ਮੈਂ ਇਹ ਭੀੜ ਵੀ ਹੋਈ ਮੈਂ ਤਾਂ ਚੁੱਪ ਦੀ ਚੁੱਪ ਕਰ ਗਈ ਅਤੇ ਇਹ ਫਿਰ ਇਹਦੀ ਮਾਸੀ ਆਈ ਸੀ ਰਕਸਾਨਾ ਨਹੀਂ ਸਾਹਮਣੇ ਉਹ ਮਾਸੀ ਘਰ ਵੀ ਆਇਆ ਨਾ ਗੋਗੂ ਉਹ ਆਈ ਸੀ ਮਿਲਣ ਭੈਣ ਉਹ ਆਉਂਦੀ ਇਹਨੇ ਧੀਏ ਰੋ ਨਾ ਇਹਨੂੰ ਤਾਂ ਜੰਮਦੇ ਇਹਨੂੰ ਦੌਰਾ ਪੈਂਦਾ ਹੀ ਇਹ ਤਾਂ ਆਦੀ ਨਹੀਂ ਅਤੇ ਉਹ ਕਿਉਂਕਿ ਉਹਨੇ ਖੂਨ ਮੈਂ ਵੇਖਿਆ ਨਾ ਸਾਫ਼ ਕਰਨ ਲੱਗ ਪਈ ਮੈਂ ਹੋਂਠ ਵਿੱਚੋਂ ਜਦੋਂ ਉਹਨੇ ਮੈਨੂੰ ਛੰਡ ਮਾਰੀ ਅਤੇ ਆਉਂਦੀ ਇਹ ਪਤਾ ਨਹੀਂ ਤੇਰੀ ਮਾਂ ਨੂੰ ਮੈਂ ਕਿਹਾ ਹਾਲਾ ਜੀ ਜੇ ਪਤਾ ਹੁੰਦਾ ਤੇ ਇੰਝ ਦੇ ਇਹਨੂੰ ਕੋਈ ਰਿਸ਼ਤਾ ਦਿੰਦੇ ਨੇ ਦੱਸੋ ਮੇਰੇ 'ਚ ਕੋਈ ਨੁਕਸ ਦਿਸਦਾ ਪਿਆ ਤੁਹਾਨੂੰ ਮੈਂ ਕੋਈ ਨਹੀਂ ਨੁਕਸ ਮੈਂ ਅਲਹਮਦੁਲਿਲਾ ਮੈਂ ਸਹੀ ਹਾਂ ਠੀਕ ਠਾਕ ਬਸ ਇਵੇਂ ਕਿ ਪਹਿਲੇ ਭੋਲੇ ਨੇ ਮਾਂ ਪਿਓ ਮੇਰੇ ਜਿੱਥੇ ਵੇਖਿਆ ਉੱਥੇ ਹੀ ਘਰ ਚੜ੍ਹੇ ਨਹੀਂ ਸੋਚਿਆ ਕਿ ਵੇਖੀਏ ਉਹ ਸੱਚੀਮੁੱਚ ਜੋ ਆਖਦੇ ਨੇ ਉਹ ਸੱਚ ਹੀ ਹੈ ਨਾਲੇ ਚਾ ਬਾਬੇ ਖੁਸ਼ੀ ਨੇ ਇਹਨਾਂ ਦਾ ਦਾਦਾ ਲੱਗਦਾ ਉਹਨੇ ਆਖਿਆ ਸੀ ਕਿ ਨੀ ਮੀ ਮਿਆਮਦੀਨ ਤੂੰ ਮੇਰਾ ਯਾਰ ਹੈ ਕਿਤਲੇ ਜਦੋਂ ਇੱਥੇ ਰਹਿੰਦੇ ਹਨ ਪਿੰਡ
ਤੇ ਥਾਣੇ ਵਿੱਚ ਲੱਗਾ ਸੀ ਬਾਬਾ ਖੁਸ਼ੀ ਤੇ ਉੱਥੇ ਕਿਸੇ ਕੰਮ ਹੁੰਦੇ ਹੈ ਨਾ ਤੇ ਮੱਥੇ ਲੱਗਦਾ ਸੀ ਤੇ ਯਾਰ ਵੇਲੀ ਸੀ ਤੇ ਉਹਨੇ ਆਖਿਆ ਕਿ ਯਾਰ ਮੁੰਡੇ ਨੂੰ ਦੌਰਾ ਪੈਂਦਾ ਸੀ ਤੇ ਕੰਮ ਨਹੀਂ ਵੀ ਕਰ ਸਕਦਾ। ਮਾਂ ਜਾ ਕੇ ਦੂਸਰੇ ਦਿਨ ਆ ਗੱਲ ਕੀਤੀ, ਮੇਰੀ ਸੱਸ ਹੁਸ਼ਿਆਰ ਹੀ ਬੜੀ ਸੀ, ਉਹਨੇ ਆਖਿਆ ਵੇਹ ਦੀ ਸ਼ਕਲ ਸੋਹਣੀ ਤਾਂ ਭਾਈ ਉਹ ਹੈ ਸਨ, ਵੇਹ ਦੀ ਸ਼ਕਲ ਤੋਂ ਲੱਗਦਾ ਇਹਨੂੰ ਦੌਰਾ ਪੈਂਦਾ, ਇਹ ਤੇ ਸ਼ਰੀਕ ਨੇ, ਇਹਨਾਂ ਸਾਡੇ ਮਜੀਦ ਵਾਰੀ ਵੀ ਇੰਝ ਕੀਤਾ ਸੀ, ਇਹਨਾਂ ਬੜਾ ਰਿਸ਼ਤਾ ਤੜਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਹ ਤੇ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਪਸੰਦ ਹੀ ਬੜਾ ਸੀ ਮੇਰਾ ਮਜੀਦ, ਤੇ ਨਾਲੇ ਸਲਮਾਨ ਪਸੰਦ ਹੀ, ਇਹਨੇ ਆਪੇ ਆਖਿਆ ਸੀ ਮੇਰਾ ਰਿਸ਼ਤਾ ਇੱਥੇ ਕਰ ਦੇ। ਅੱਛਾ, ਆਉਂਦੀ ਜਾਂਦੀ ਸੀ ਨਾ ਤੇ ਆਉਂਦੇ ਜਾਂਦੇ ਮੱਥੇ ਲੱਗਾ ਹੋਣਾ, ਅਜੇ ਉਹਨਾਂ ਦਾ ਵੀ ਕੱਦ ਪੂਰਾ ਜੇ ਹਨਾ। ਹਾਂ, ਸਲਮਾ ਦਾ ਕੱਦ ਮੇਰੇ 'ਚ ਹੈ ਤੇ ਉਹਦਾ ਮਜੀਦ ਮੇਰੇ ਬੰਦੇ ਨਾਲ ਵੀ ਛੋਟਾ ਹੈ। ਤੇ ਉਹ ਕਿਤੇ ਨਾ ਨਾ ਫਿਰ ਮੈਂ ਕੀ, ਫਿਰ ਮੈਂ ਰੋ ਰੂ ਕੇ ਚੁੱਪ ਕਰ, ਫਿਰ ਮੈਂ ਮਾਂ ਜਾ ਕੇ ਦੱਸਿਆ ਕਿ ਮਾਂ ਤੂੰ ਉਦੋਂ ਗੱਲ ਸੁਣ ਕੇ ਉਹਦੀ ਤੇ ਸੋਹਣੀ ਸ਼ਕਲ ਵੇਖ ਕੇ ਆ ਗਈ ਹੈ ਨਾ, ਤੇ ਉਹ ਸੱਚੀ ਮੁੱਚ ਉਹਨੂੰ ਦੌਰਾ ਪੈਂਦਾ ਸੀ। ਫਿਰ ਮੇਰੀ ਅੰਮਾ ਰੋਣ ਲੱਗ ਪਈ, ਕਹਿੰਦੇ ਨੇ ਹੁਣ ਧੀਏ ਤੇਰੇ ਨਸੀਬ, ਗੱਲ ਤਾਂ ਇੱਥੇ ਹੱਥ ਮੁੱਕ ਜਾਂਦੀ ਆ। ਤੇ ਫਿਰ ਕੀ ਠੀਕ ਕੀਤਾ ਗੁਜ਼ਾਰਾ ਜਿਵੇਂ ਦਾ ਵੀ। ਹਾਂ, ਤਿੰਨ ਚਾਰ ਪੁੱਤਰਾਂ ਤੋਂ ਧੀ ਮੇਰੀ ਹੋਈ ਸੀ, ਅੱਲਾ ਦਾ ਸੋਨੇ ਦਾ ਸ਼ੁਕਰ ਹੋ ਰਿਹਾ, ਅੱਲਾ ਨੂੰ ਮੇਰੀ ਕਿਹੜੀ ਗੱਲ ਪਸੰਦ ਆ ਗਈ, ਕਿਉਂਕਿ ਇਹ ਮਜ਼ਦੂਰੀ ਵੀ ਨਹੀਂ ਕਰ ਸਕਦਾ, ਡਰਦਿਆਂ ਘਰੋਂ ਨਹੀਂ ਕਰਦੇ, ਇਹਨੂੰ ਦੌਰਾ ਨਾ ਪੈ ਜਾਵੇ। ਕਿਉਂਕਿ ਇਹੋ ਜਿਹੇ ਬੰਦੇ ਦਾ ਕੋਈ ਇਤਬਾਰ ਨਹੀਂ ਹੈ ਸਾਡੇ ਇੱਥੇ ਪਿੰਡ, ਇੱਕ ਬੱਚੇ ਨੂੰ ਇੰਝ ਪੈਂਦਾ ਸੀ ਨਾ, ਕੁਲੀ ਤੇ ਬੈਠਾ ਸੀ ਤੇ ਉਹ ਦੌਰਾ ਪਿਆ ਤੇ ਥੱਲੇ ਡਿੱਗ ਪਿਆ, ਤਿੰਨਾਂ ਚੌਰਾਂ ਦਿਨਾਂ ਬਾਅਦ ਕੱਢਿਆ ਨਾ ਜਦੋਂ ਸਭਾ, ਉਹਦੇ ਛਾਤੀ ਦੇ ਵਿੱਚ ਢਿੱਡ ਵਿੱਚ ਨਾ ਇੰਨੇ ਕੁ ਕੀੜੇ ਵੜ ਗਏ ਸਨ ਮੋਰੀਆਂ ਮੋਰੀਆਂ ਕਰਕੇ ਨਾ, ਤੇ ਉਹ ਵਿੱਚ ਜਿਵੇਂ ਘਰ ਨਹੀਂ ਬਣਾ ਲੈਂਦੇ ਕੀੜੇ, ਇਸ ਤਰ੍ਹਾਂ ਕੀੜੇ ਢਿੱਡ ਚੋਂ ਨਿਕਲੇ ਹਨ ਜਦੋਂ ਉਹਨੂੰ ਆਇਆ ਸੀ। ਅੱਛਾ, ਤੇ ਇਹੋ ਜਿਹੇ ਬੰਦਾ ਤੁਹਾਨੂੰ ਕੰਮ ਨਹੀਂ ਕੋਈ ਕਰਨ ਦਿੰਦਾ, ਨਾ ਕੋਈ ਨੌਕਰੀ ਤੇ ਰੱਖਦਾ ਕਿਸੇ ਵੀ ਕੰਮ ਤੇ, ਕਿ ਇਹਨੂੰ ਕੋਈ ਪਤਾ ਨਹੀਂ ਕਿਹੜੇ ਵੇਲੇ ਦੌਰਾ ਪੈ ਜਾਵੇ। ਤੇ ਹੁਣ ਉਸ ਤੋਂ ਬਾਅਦ ਕਦੀ ਹੋਇਆ ਤੇ? ਮੈਂ ਆਖਣ ਤੇ ਨਹੀਂ ਕਿ ਆਸ਼ਾ ਤੋਂ ਬਾਅਦ ਜਦੋਂ ਇਹਦਾ 8ਵਾਂ ਮਹੀਨਾ ਸੀ ਨਾ ਮੈਨੂੰ, ਉਦੋਂ ਪਿਆ, ਉਦੋਂ ਇਹਦਾ ਪਤਰੀਆ ਹੋਇਆ ਸੀ, ਮਹੀਨੇ ਗੁਜ਼ਾਰ ਹੀ ਚਲੇ ਸੀ ਤੇ ਇਹ ਉਦੋਂ ਦੌਰਾ ਪਿਆ। ਉਸ ਤੋਂ ਬਾਅਦ ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਆਸ਼ਾ ਹੋਈ ਤੇ ਤਾਦੀ ਤੇ ਕਹਿੰਦਾ ਮੇਰੀ ਰਹਿਮਤ ਬਣ ਕੇ ਹੈ, ਰਹਿਮਤ ਬਣ ਕੇ ਮੇਰੇ ਘਰ ਆਈ ਹੈ, ਮੈਨੂੰ ਅੱਲਾਹ ਨੇ ਬਿਮਾਰੀ ਤੋਂ ਨਜਾਤ ਦਿੱਤੀ ਹੈ, ਇਹ ਮੇਰੀ ਕਰਮਾਂ ਵਾਲੀ ਹੈ। ਤੇ ਉਹ ਤੇ ਅੱਜ ਵੀ ਕੋਈ ਗੱਲ ਹੋਏ ਤੇ ਆਉਂਦਾ ਹੈ ਨਾ। ਹਾਂ ਬੇਸ਼ੱਕ, ਬਚਪਨ ਤੋਂ ਇੱਕ ਗੋਲੀ ਏਡੀ ਕੁ ਤੇ ਕੈਪਸੂਲ ਖਾਂਦੇ ਹੁੰਦੇ ਹਨ, ਤੇ ਉਹ ਆਉਂਦੇ ਹਨ ਨਾਗਾ ਨਾ ਪਾ, ਨਹੀਂ ਹੁਣ ਅੱਲਾ ਦੀ ਰਹਿਮਤ ਸ਼ੁਕਰ ਹੈ ਤੰਦਰੁਸਤ ਨੇ, ਦੱਸਦੀ ਨਹੀਂ ਕਿ 5 ਕਿਲੋ ਰਸਗੁੱਲੇ ਖਾ ਲੈਣ ਤੇ ਉਹਨਾਂ ਨੂੰ ਮਾਸ਼ਾਅੱਲਾ ਇੰਨਾ ਮੈਦਾ ਸਹੀ ਕਿ ਟੱਟੀਆਂ ਨਹੀਂ ਲੱਗਦੀਆਂ, ਇੰਨਾ ਮੈਦਾ ਸਹੀ ਕੰਮ ਕਰਦਾ ਨਾ। ਤੇ ਅੱਲਾ ਦਾ ਸ਼ੁਕਰ ਭਾਈ ਅੱਲਾ ਨੇ ਸੁਣ ਲਈ ਮੇਰੀ ਇਹ ਬਿਮਾਰੀ, ਨਹੀਂ ਤੇ ਮੈਂ ਬੜਾ ਰੋਂਦੀ ਹੁੰਦੀ ਹਾਂ, ਮੈਂ ਸੁੱਕ ਕੇ ਨਾ ਤੇ ਕੰਨੀ ਵਾਂਗੂ ਹੋ ਗਈ ਹਾਂ, ਮੇਰੀਆਂ ਹੜਬਾਂ ਦਿਸਦੀਆਂ। ਜਦੋਂ ਮੇਰਾ ਦੂਸਰਾ ਪੁੱਤਰ ਸੀ ਉਦੋਂ ਇੰਨਾ ਮੈਂ ਗਮ ਕਰਦੀ ਹਾਂ, ਉਹਨੂੰ ਦੌਰੇ ਵੇਖ ਕੇ ਨਾ ਪੈਂਦੇ ਹਾਂ ਤੇ ਮੈਂ ਬੜਾ ਗਮ ਕਰਦੀ ਹਾਂ, ਐਸਾ ਅੱਲਾ ਜੀ ਨੂੰ ਇੰਨਾ ਕੁਛ ਹੋ ਗਿਆ ਤੇ ਮੇਰੇ ਬੱਚੇ ਰੁਲ ਅਸੀਂ ਇਹੀ ਗਾਵਾਂਗੇ। ਯਾਰ ਇੱਕ ਬਾਲ ਖਿੱਚੋ ਬਾਜੀ, ਦੋ ਜੇ ਲਿਖਾਂ ਤੇ ਇੱਕ ਹੀ ਕਰਕੇ ਖਿੱਚ ਲੈਣੀ ਸੀ ਨਾ। ਮੈਂ ਇੱਕ ਤੀਰ ਨਾਲ ਦੋਸ਼ ਕਰ, ਮੈਂ ਅੱਗੇ ਧਣੀਆਂ ਚਾਰ ਵੀ ਕੱਢੀਆਂ। ਅੱਛਾ ਹਾਂਜੀ, ਲਗਾਓ ਤੇਲ। ਅਬ ਮੈਂ ਆਪ ਲਗਾਉਂਗੀ ਸਰਸੋਂ ਕਾ ਆਇਲ। ਮਤਲਬ ਕਿ ਇੰਨਾ ਕੁ ਖਪਾਉਂਦੇ ਨੇ ਸਭਾ ਨੂੰ ਕਿ ਉਹਦੇ ਉਹਦਾ ਸ਼ੂਗਰ ਵੱਧ ਜਾਂਦੀ ਹੈ। ਕਿਹਦਾ? ਇਹਨਾਂ ਦੀ ਬੱਚੇ ਖਪਾਉਂਦੇ ਹੋਏ ਵੈਪਰਾਂ ਨਾਲ ਮਾਰਦੀ ਹੈ ਫਿਰ ਉਹਨਾਂ ਵੈਪਰਾਂ ਨਾਲ। ਮੈਂ ਸੁਣਿਆ ਤੁਸੀਂ ਵੈਪਰਾਂ ਨਾਲ ਕਹਿੰਦੇ ਹੋ, ਮੈਂ ਪਾਈਪਾਂ ਨਾਲ ਸੁਣਿਆ। ਮੇਰੇ ਸਾਹਮਣੇ ਤਾਂ ਭਾਈ ਵੈਪਰ ਨਾਲ ਮਾਰ ਬਾਜੀ, ਉਸ ਦਿਨ ਬਾਜੀ ਜੀ ਨਾ ਕਹਿੰਦੇ ਨਹੀਂ ਸਾਂ, ਫਿਰ ਇੱਕ ਦਿਨ ਦੀਨ ਦੇ ਉੱਤੇ ਬਹਿ ਗਈ ਸੀ ਗੱਡੀ 'ਚ ਕਹਿੰਦੇ ਸਨ ਤੇ ਫਿਰ ਕਿਹੜਾ ਉਹ ਬੰਦਾ ਬਣਦਾ, ਫਿਰ ਵੀ ਕਹਿੰਦਾ ਜੋ ਮੈਂ ਕਰਨਾ ਮੈਂ ਉਹੀ ਕਰਨਾ। ਬਾਜੀ ਗੱਲ ਪਤਾ ਕੀ ਹੈ, ਮੈਨੂੰ ਭਾਬੀ ਸਾਹਿਬ ਦੀ ਬੜੀ ਗੱਲ ਲੱਗੀ ਸੀ, ਕਹਿੰਦੇ ਨੇ ਦੋਵਾਂ ਮਾਂ ਪਿਓ 'ਚ ਨਾ ਇੱਕ ਦਾ ਤਰਾਅ ਹੋਣਾ ਚਾਹੀਦਾ, ਇੱਕ ਜਿਹੜਾ ਨਾ ਉਹ ਮਤਲਬ ਕਰ ਲਏ, ਹੁਣ ਇੱਕ ਡਾਂਟਦਾ ਹੈ ਤੇ ਦੂਸਰਾ ਆ ਕੇ ਨਾ ਨਾ ਬੱਚਿਆਂ ਦੀ ਆਦਤ ਹੈ ਇਹਨਾਂ ਨੂੰ ਇੰਝ ਕਰਨ ਦੇ, ਬੱਚੇ ਵੱਧਦੇ ਫੁੱਲਦੇ ਨੇ। ਸਭਾ ਪਤਾ ਕੀ, ਮੇਰੇ ਵੀ ਬੱਚੇ ਵਾਧੂ ਨੇ ਨਾ, ਮੈਨੂੰ ਪਤਾ ਹੈ ਕਿ ਇਹ ਹੁੰਦੀ, ਕਿਉਂਕਿ ਮੇਰੇ ਬੰਦੇ ਦਾ ਸਾਇਆ ਨਹੀਂ ਹੈਗਾ, ਇਹ ਜਿਹੜਾ ਨਾ ਦੱਸਣ ਸਾਡਾ ਇਹ ਸਖਤੀ ਕਰ ਨਹੀਂ ਸਕਦਾ, ਜਾਂ ਇਹ ਮਾਰਦਾ ਮਾਰਦਾ ਤੇ ਬਿਸੂਦਾ ਮਾਰਦਾ ਹੈ, ਤੇ ਜੇ ਸਖਤੀ ਨਹੀਂ ਕਰਦਾ ਤੇ ਉੱਕਾ ਹੀ ਨਹੀਂ ਕਰਦਾ। ਹੁਣ ਇਹਦੇ ਹੁੰਦੇ ਹੀ ਉਹਨੇ ਪਤਾ ਮੋਟਰਸਾਈਕਲ ਮਾਰੀ ਸੀ ਉੱਥੇ, ਤੇ ਜਦੋਂ ਉਹਦਾ ਬੱਚਾ ਵੀ ਸੀ। ਅੱਛਾ,
ਤੇ ਕਿਹਦੇ ਨਾਲ ਹੈ ਤੇ ਇਹਨਾਂ ਦਾ ਸਖਤੀ ਨਹੀਂ ਕਰ ਸਕਦੇ ਹਾਂ ਬੜਾ ਮਿਲਦਾ ਹੈ ਸਖਤੀ ਨਹੀਂ ਕਰ ਸਕਦੇ ਭਾਜੀ ਪੁਰਾਣੇ ਵਕਤਾਂ 'ਚ ਨਾ ਉਹ ਤੇਲ ਤੋਂ ਨਹਾਉਣ ਤੋਂ ਬਾਅਦ ਨਾ ਔਰਤਾਂ ਜਿਹੜੀਆਂ ਨੇ ਗਿੱਲੇ ਗਿੱਲੇ ਵਾਲਾਂ 'ਚ ਤੇਲ ਲਾ ਦਿੰਦੀਆਂ ਹਾਂ ਭਾਜੀ ਜੀ ਰਹਿੰਦੇ ਹਨ ਅੰਮਾ ਦੇ ਹਮਸਾਏ ਨਾ ਉਹ ਆਉਂਦੇ ਸਨ ਕਿ ਮੈਂ ਮੇਰੇ ਵਾਲ ਤਾਂ ਸਹੀ ਨੇ ਕਿ ਜਦੋਂ ਮੈਂ ਨਾਨੀ ਨਾ ਗਿੱਲੇ ਗਿੱਲੇ ਹਾਂ ਵਾਲਾਂ 'ਚ ਅੱਗੇ ਉਹਦੇ ਉਂਝਦੇ ਨਹੀਂ ਰਹੇ ਜਿਵੇਂ ਦੇ ਪਹਿਲਾਂ ਪਤਾ ਹੀ ਉਹ ਜਿਵੇਂ ਜੱਟੀਆਂ ਦੀਆਂ ਨਹੀਂ ਫਿਲਮਾਂ 'ਚ ਬਹਾਉਂਦੇ ਤੇ ਲਾਚਾ ਪਾ ਕੇ ਨੇ ਲਾਚਾ ਵੀ ਪਾਇਆ ਹੁੰਦਾ ਸੀ ਮੇਰੀ ਸਾਸੂ ਮਾਂ ਨੇ ਕਾਫੀ ਜ਼ਿਆਦਾ ਛੋਟੇ ਸਨ ਹੈ ਬਾਜੀ ਹਾਂ ਹਾਂ ਮਾਂ ਦਾ ਫਰਕ ਇੱਥੋਂ ਤੱਕ ਇਹਦੀ ਗੁੱਤ ਹੁੰਦੀ ਸੀ ਵਾਲਾਂ ਦੀ ਖਾਲੀ ਕਾਲੇ ਸਿਆਹ ਤੇ ਐਡੇ ਖੂਬਸੂਰਤ ਵਾਲ ਤੇ ਤੁਹਾਨੂੰ ਬਾਜੀ ਫਮੀਦਾ ਦਾ ਬਚਪਨ ਯਾਦ ਹੈ ਹਾਂ ਬੇਸ਼ੱਕ ਯਾਦ ਹੈ ਕਿਉਂ ਨਹੀਂ ਯਾਦ ਬਾਜੀ ਫਮੀਦਾ ਤੇ ਬੀਨਾ ਸਾਡੇ ਨਾਲ 6 ਮਹੀਨੇ ਛੋਟੀ ਹੈ ਬਾਜੀ ਬੀਨਾ ਨਾਲ ਮੈਂ ਭਾਈ ਮਸ਼ਰ ਦੇ ਨਾਲ ਸੁਣਿਆ ਹੈ ਨਹੀਂ ਨਹੀਂ ਤੇ ਭਾਈ ਮਸ਼ਰ ਦੇ ਨਾਲ ਬੀਨਾ ਉਹਦੇ ਨਾਲ ਵੱਡੀ ਹੈ ਨਹੀਂ ਬੀਨਾ ਵਾਰੀ ਦੁੱਧ ਬਾਜੀ ਨੇ ਪਿਆ ਸੀ ਅੱਬੇ ਕੋ ਪੁੱਛਿਆ ਸੀ ਅੰਮਾ ਨੇ ਕਿ ਅੰਮਾ ਦੀ ਜੇ ਅੱਬਾ ਜੀ ਆਉਂਦੇ ਹਨ ਜੇ ਇਹ ਦੁੱਧ ਦੇਣ ਨਾਲ ਬਚ ਜਾਂਦੀ ਹੈ ਤੇ ਮੇਰਾ ਕੀ ਨੁਕਸਾਨ ਹੈ ਦੇਦੇ ਸੁ ਤੇ ਆਪਣਾ ਕੀ ਹੋਣਾ ਸੰ ਪਿਆ ਕਿਉਂਕਿ ਉਹਦਾ ਦੁੱਧ ਜ਼ਹਿਰ ਵਾਲਾ ਹੀ ਬੱਚੇ ਮਰ ਜਾਂਦੇ ਹਨ ਤੇ ਇਹਦੀ ਬੜੀ ਦੋ ਪੁੱਤਰ ਇਹਦੇ ਮਰੇ ਹਨ ਇੱਕ ਸਈਦ ਸੌ ਪਰ ਉਹਦੇ ਨਾਂ ਤੇ ਹੀ ਬੱਚੀ ਦਾ ਨਾਂ ਸਈਦਾ ਰੱਖਿਆ ਸਈਦਾ ਨਾਂ ਤਾਂ ਆਦੀ ਬੱਚੇ ਦਾ ਰੱਖਿਆ ਉਹਨਾਂ ਨੂੰ ਸਈਦ ਹੀ ਆਂਦੇ ਨੇ ਅਜੇ ਵੀ ਆਂਦੇ ਨੇ ਪਰ ਆਖਣ ਨਹੀਂ ਬੱਚੇ ਦਾ ਨਾਂ ਸਈਦ ਰੱਖਿਆ ਹੋਣਾ ਤੇ ਫੋਤ ਹੋ ਗਿਆ ਦੁੱਧ ਤੋਂ ਹੀ ਇਹਦਾ ਦੁੱਧ ਜ਼ਹਿਰ ਵਾਲਾ ਇਹਨਾਂ ਨੂੰ ਕਿੰਝ ਪਤਾ ਚੱਲਿਆ ਕਿ ਜ਼ਹਿਰ ਵਾਲਾ ਦੁੱਧ ਡਾਕਟਰ ਨੂੰ ਵਹਾਇਆ ਸੀ ਤੇ ਜਦੋਂ ਬਿਮਾਰ ਹੁੰਦੇ ਹਨ ਉਹ ਐਵੇਂ ਤੇ ਨਹੀਂ ਨਾ ਮਰ ਜਾਂਦੇ ਕੋਈ ਮਹੀਨਾ ਡੇਢ ਲੱਗਦਾ ਹੀ ਹੋਏਗਾ ਨਾ ਤੇ ਉਹ ਸੁੱਕੜ ਸੁੱਕੜ ਕੇ ਸੁੰਗੜ ਸੁੰਗੜ ਕੇ ਮਰ ਜਾਂਦੇ ਹਨ ਤੇ ਉਹਨਾਂ ਡਾਕਟਰ ਨੇ ਆਖਿਆ ਇਹਨੂੰ ਆਪਣਾ ਦੁੱਧ ਨਾ ਦਿਓ ਤੁਹਾਡਾ ਦੁੱਧ ਜ਼ਹਿਰ ਵਾਲਾ ਤੇ ਇਹਦੇ ਇਹਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਟੱਟੀਆਂ ਉਲਟੀਆਂ ਕਰ ਕਰਕੇ ਨਾ ਤੇ ਫਿਰ ਡਾਕਟਰ ਨੇ ਆਖਿਆ ਕਿ ਜੇ ਕਿਸੇ ਮਾਂ ਕੋਲ ਹੈ ਨਾ ਔਰਤ ਜਿਹਦਾ ਬੱਚਾ ਛੋਟਾ ਉਹਦਾ ਦੁੱਧ ਦੇ ਕੇ ਵੇਖੋ ਸ਼ਾਇਦ ਇਹ ਬਚ ਜਾਏ ਅੱਛਾ ਤੇ ਉਹ ਫਿਰ ਇਹ ਭਾਜੀ ਨੇ ਤਰਲਾ ਲਿਆ ਮਾਂ ਕੇ ਅੱਛਾ ਇਹ ਚਾਚੀ ਕਿਦਾਂ ਨਾ ਆਪਣਾ ਦੁੱਧ ਦੇ ਦਿਓ ਬੱਚੀ ਨੂੰ ਡਾਕਟਰ ਨੇ ਇਸ ਤਰ੍ਹਾਂ ਕਿ ਤੁਹਾਡਾ ਇਨਸਾਨ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ ਕਿਉਂਕਿ ਬੱਚੇ ਨਹੀਂ ਹਨੇ ਨਾ ਬਚਦੇ ਉਦੋਂ 3-4 ਬੱਚੇ ਹੋ ਕੇ ਮਰ ਗਏ ਹਨ ਫਿਰ ਅੱਬੇ ਨੇ ਪੁੱਛਿਆ ਅੰਮਾ ਜੀ ਨੇ ਇਹ ਇੰਜ ਜੰਗੀਰ ਹੁੰਦਾ ਆਂਦਾ ਤੇ ਕਹਿੰਦੇ ਨੇ ਪੁੱਛ ਕੇ ਪਿਆਣਾ ਚਾਹੀਦਾ ਹਾਂ ਤੇ ਅੱਬਾ ਜੀ ਨੇ ਆਖਿਆ ਜੇ ਦੁੱਧ ਦਿੱਤਿਆਂ ਕਿਸੇ ਦੀ ਜਾਨ ਬਚ ਜਾਂਦੀ ਹੈ ਤੇ ਮੇਰਾ ਕੀ ਵਿਗੜਦਾ ਦੇ ਦੇ ਜਿੰਨੀ ਵਾਰ ਦੇਣਾ ਮੇਰਾ ਖਿਆਲ ਇੱਕ ਦੋ ਵਾਰੀ ਦਿੱਤਾ ਹਨੇ ਤੇ ਅੱਬਾ ਜੀ ਵੀ ਪਿਆਰ ਕਰਦੇ ਸਨ ਇਹਨਾਂ ਨੂੰ ਯਾਰ ਪਿਛਲੇ ਲੋਕ ਹਮਸਾਇਆਂ ਦਾ ਖਿਆਲ ਬੜਾ ਰੱਖਦੇ ਸਨ ਆਪ ਤਾਂ ਬੇਸ਼ੱਕ ਬੇਟੀ ਬਣ ਗਈ ਬਾਅਦ ਚ ਜਦੋਂ ਦੁੱਧ ਪੀ ਲਿਆ ਤੇ ਪਿਆਰ ਨੀ ਵੇਖਾ ਸਾਡੇ ਨਾਲ ਇੰਨਾ ਕਰਦੀ ਹੈ ਇੰਜ ਲੱਗਦਾ ਭਰਾਵਾਂ ਦੇ ਮੂੰਹ ਚੁੰਮਦੇ ਹਾਂ ਸਾਡਾ ਵੀ ਹਾਂ ਆਪਣੇ ਭਨੇਵੀਆਂ ਭਨੂਵਿਆਂ ਨਾਲ ਇੰਨਾ ਪਿਆਰ ਕਰਦੀ ਹੈ ਐਤਕੀ ਮੇਰਾ ਬੜਾ ਤਰਲੇ ਕੀਤੇ ਹੋ ਕਿ ਛੁੱਟੀ ਚ ਮੇਰੇ ਚ ਕੋਲ ਆਏ ਹੋ ਜੇ ਤੇ ਮੇਰੇ ਕੋਲ ਜਾਇਆ ਹੀ ਨਾ ਗਿਆ ਤੇ ਉਹ ਮੇਰੀ ਅਧੀਨ ਹੁਣ ਆਪਣੇ ਆਪਣੇ ਆਉਂਦੀ ਸੀ ਕੁੜੀਆਂ ਨੂੰ ਲੈ ਕੇ ਦੋਵਾਂ ਨੂੰ ਆਇਓ ਜੇ ਆਪੀ ਵੀ ਆਇਓ ਜੇ ਭਾਜੀ ਨੂੰ ਵੀ ਲੈ ਕੇ ਆਇਓ ਜੇ ਬਾਜੀ ਤੁਸੀਂ ਨਹੀਂ ਆਉਂਦੇ ਮੈਂ ਕਿਹਾ ਅੱਛਾ ਆਵਾਂਗੇ ਫਿਰ ਮੈਂ ਕੁਝ ਆਏ ਨਹੀਂ ਆ ਮੈਨੂੰ ਸੱਚੀ ਗੱਲ ਉਹਦੇ ਘਰ ਦਾ ਪਤਾ ਨਹੀਂ ਮੈਂ ਤਾਂ ਦੱਸਿਆ ਤੇ ਆ ਬੜਾ ਹੀ ਹੁੰਦਾ ਸੀ ਆ ਨਾ ਉਦੋਂ ਤੇ ਨਹੀਂ ਨਾ ਪਤਾ ਬਾਜੀ ਬੀਨਾ ਨੂੰ ਵੀ ਪਤਾ ਸੀ ਬਾਜੀ ਦੋਵੇਂ ਮਾਂ ਪੁੱਤਰ ਬਹਿ ਕੇ ਵੀ ਆਏ ਸਨ ਲੇਕਿਨ ਮੈਨੂੰ ਫਿਰ ਵੀ ਅੰਜਦੀਆਂ ਕਿ ਮੈਨੂੰ ਪਤਾ ਨਹੀਂ ਚੱਲਦਾ ਤੂੰ ਮੈਨੂੰ ਦੱਸ ਤੇ ਹਲੇ ਬਾਜੀ ਇਹਨਾਂ ਦੀ ਗਲੀ ਵਿੱਚ ਹਾਂ ਹੁਣ ਜੇ ਜਾਵਾਂ ਤਾਂ ਸ਼ਾਇਦ ਪਤਾ ਚੱਲ ਸਕਦਾ ਉਦੋਂ ਨਹੀਂ ਮੈਨੂੰ ਪਤਾ ਚੱਲਿਆ ਹਲੇ ਦੋਵੇਂ ਮਾਂ ਪੁੱਤਰ ਬਹਿ ਕੇ ਆਏ ਸਨ ਮਾਜਦ ਨਹੀਂ ਮਾਜਦ ਨਹੀਂ ਫਮੀਦਾ ਤੇ ਉਹਦਾ ਜਿਹੜਾ ਬੱਚਾ ਨਹੀਂ ਮਾਸ਼ਾਅੱਲਾ ਉਹ ਆਏ ਹਨ ਹੁਣ ਤੇ ਦੋਵਾਂ ਦੀ ਬਾਜੀ ਨਾਂ ਦੀ ਵੀ ਦੂਸਰੇ ਦੀ ਵੀ ਮੰਗਣੀ ਕਰ ਲਈ ਵੱਡੇ ਦੀ ਵੀ ਕਰ ਛੜੀ ਤੇ ਦੂਸਰੇ ਤਿੰਨ ਬੇਟੇ ਨੇ ਜੇ ਤੇ ਬਾਅਦ ਚ ਫਾਤਮਾ ਹੋਈ ਸੁ ਤੇ ਇੱਕ ਹੋਰ ਹੋਈ ਉਸ ਤੋਂ ਤਲਾ ਅਲਾਵਾ ਵੀ ਦੋ ਬੱਚੀਆਂ ਸੁ ਅਸੀਂ ਇੱਕ ਬੱਚਾ ਇਹਨੇ ਕਿਸੇ ਨੂੰ ਦਿੱਤਾ ਇਹਦੇ ਕੋ 4 ਪੁੱਤਰ ਤੇ 2 ਧੀਆਂ ਨੇ ਮਾਸ਼ਾਅੱਲਾ 6 ਬੱਚੇ ਨੇ ਤੇ ਲੇਕਿਨ ਹੁਣ ਭਰ ਗਿਆ ਨਾ ਜਿਸਮ ਹੁਣ ਬੜੇ ਸੋਹਣੇ ਲੱਗਦੇ ਨੇ ਹਾਂ ਆਹੋ ਅੱਗੇ ਨਾ ਪਤਲੀ ਜਾਈ ਅੜੀਏ ਸੋਹਣੀ ਤੋਂ ਸ਼ੁਰੂ ਤੋਂ ਹੀ ਬੜੀ ਹੈ ਭਾਵੇਂ ਦੰਦਾਂ ਦਾ ਪੀੜ ਵੀ ਉੱਚਾ ਨਾ ਫਿਰ ਵੀ ਉਹਦੇ ਮੂੰਹ ਤੇ ਬੜਾ ਸੱਜਿਆ ਹੈ ਸਭ ਕੁਝ ਭਾਜੀ ਦੰਦਾਂ ਦਾ ਵੇਣ ਨੇ ਛੱਡੋ ਆਦਤ ਜਿਹੜੀ ਆਦਤ ਜਿਹੜਾ ਰੱਬ ਪਾਉਂਦੀ ਐਡਾ ਸੱਜਦਾ ਮਾਸ਼ਾਅੱਲਾ ਮੈਂ ਆਪਣੀਆਂ ਦਰਾਣੀਆਂ ਨਾਲ ਉਹਦਾ ਮੂੰਹ ਫੜ ਕੇ ਆਖਿਆ ਮੈਂ ਕਿਹਾ ਇਹ ਜੇ ਫਮੀਦਾ ਮੇਰੀ ਛੋਟੀ ਪੈ ਐਡੀ ਖੁਸ਼ ਹੋਈ ਮੈਨੂੰ ਫਿਰ ਜੱਫਾ ਮਾਰ ਕੇ ਮੇਰਾ ਮੂੰਹ ਫੇਰ ਚੁੰਮਿਆ ਮੇਰੇ ਕੋਲ ਸਪੈਸ਼ਲ ਅਫਸੋਸ ਕਰਨਗੇ ਸਨ ਕਿ ਦੂਸਰੇ ਦਿਨ ਆਏ ਸਨ ਅਬੂ ਦੇ ਜਨਾਬ ਕਹਿੰਦੇ ਨੇ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਆਇਆ ਅੱਛਾ ਬਾਅਦ ਚ ਫਮੀਦਾ ਵੀ ਆਈ ਸੀ ਮੈਂ ਤੇ ਨਹੀਂ ਸੀ ਵੇਖੀ ਆਏ ਸਨ ਦੂਸਰੇ ਦਿਨ ਕਹਿੰਦਾ ਮੈਨੂੰ ਨਾ ਇਹਨਾਂ ਨੇ ਦੱਸਿਆ ਨਹੀਂ ਨਾਲ ਉਹਨਾਂ ਦੀ ਅੰਮੀ ਵੀ ਆਏ ਸਨ ਨਾ ਮੈਂ ਕੈਚਰ ਕਿੱਥੇ ਰੱਖਿਆ ਮੈਂ ਲਾਵਾਂ ਸਿਰ ਨੂੰ ਤੇ ਲਿਆ ਮੈਂ ਤੇਰਾ ਸਿਰ ਤੇ ਲਾਓ ਵੇਖੀ ਮੇਰੇ ਉਹ ਕੱਪੜਿਆਂ ਤੇ ਨਹੀਂ ਜੁਆਂ ਛੁੱਟੀਆਂ ਤਾਂ ਕੀ ਹੈ ਦਾਗ ਲੱਗਾ ਥੈਂਕ ਯੂ ਭਾਈ ਥੈਂਕ ਯੂ ਬੜਾ ਸਵਾਦ ਆਇਆ ਜੇ ਤੇਲ ਲੱਗਾ ਠੰਡ ਪੈ ਗਈ ਹੈ ਮਾਜੀ ਜੀ ਬੈਠੇ ਰਹੋ ਅੱਛਾ ਯਾਰ ਮੈਂ ਸਿਰ ਵੱਡਾ ਤੇ ਨਹੀਂ ਨਾ
ਮੈਨੂੰ ਨਹੀਂ ਜੀ ਇਹਨਾਂ ਚੀਜ਼ਾਂ ਦਾ ਪਤਾ। ਮੇਰੀ ਨਾ ਚਾਚੀ ਸੁਗਰਾ ਹੈ ਉੱਥੇ, ਉਹ ਮੈਨੂੰ ਇੱਕ ਦਿਨ ਆਉਂਦੀ ਸੀ, ਆਉਂਦੀ ਸੀ ਨਹੀਂ ਤੇਰਾ ਛੋਟਾ ਜਿਹਾ ਕਿੱਦਾਂ ਸੋਹਣਾ ਸਿਰ ਹੈ। ਮੈਂ ਕਿਹਾ ਅੱਛਾ ਚਲੋ ਸ਼ੁਕਰ, ਕਿਸੇ ਮੇਰੇ ਆਜ਼ਾਰ ਦੀ ਤਾਂ ਕਿਸੇ ਤਰੀਫ ਕੀਤੀ ਜ਼ਿੰਦਗੀ। ਮੈਂ ਕਿਹਾ ਪਹਿਲਾਂ ਬੰਦਾ ਜਿਹਨੇ ਮੇਰੇ ਕਿਸੇ ਚੀਜ਼ ਦੀ ਤਾਰੀਫ ਕੀਤੀ ਹੈ, ਵਰਨਾ ਹਰ ਕੋਈ ਗੱਲ ਹੀ ਕਰ ਜਾਂਦਾ ਹੈ। ਉਹ ਫਿਰ ਆਉਂਦੇ ਖਸਮਾਂ ਨੂੰ ਖਾਏ ਜਿਹੜਾ ਕਰਦਾ ਇੰਝ, ਤੂੰ ਤਾਂ ਏਡੀ ਸੋਹਣੀ ਹੈ, ਮੇਰਾ ਮੂੰਹ ਫੜ ਕੇ ਨਾ ਇੰਝ। ਅੱਛਾ ਕਹਿੰਦੇ ਨੇ ਤੂੰ ਤਾਂ ਮੇਰੀ ਚੰਗੀ ਧੀ ਹੈ। ਮੈਂ ਕਿਹਾ ਅੱਛਾ ਚਲੋ ਸ਼ੁਕਰੀਆ ਜੀ। ਉਹ ਮੈਨੂੰ ਨਾ ਨੀਂਦਰ ਨਹੀਂ ਪੈਂਦੀ ਜਦੋਂ ਮੈਂ ਵੱਖਰੀ ਹੋਈ ਨਾ, ਅਤੇ ਮਜ਼ਦੂਰੀ ਵੀ ਕੋਈ ਤਾਂ ਜਿਸਮ ਥੱਕਿਆ ਹੁੰਦਾ ਸੀ ਅਤੇ ਨੀਂਦਰ ਨਹੀਂ ਪੈਂਦੀ ਮੈਨੂੰ। ਉਹਨਾਂ ਨੇ ਆਖਿਆ ਸੀ ਪੁੱਤਰ ਨਮਾਜ਼ ਪੜ੍ਹਿਆ, ਮੈਂ ਪੜ੍ਹਦੀ ਹਾਂ ਫਜਰ ਦੀ, ਅਸ਼ਾ ਦੀ ਅਤੇ ਜ਼ਿਆਦਾਤਰ ਵਿਚਲੀਆਂ ਨਹੀਂ ਹਾਂ ਪੜ੍ਹਦੀ, ਜਾਂ ਅਸਰ ਦੀ ਪੜ੍ਹ ਲੈਂਦੀ ਹਾਂ। ਉਹਨੇ ਮੈਨੂੰ ਆਖਿਆ ਸੀ ਧੀਏ ਨਮਾਜ਼ ਵੀ ਪੱਕੀ ਨਾਲ ਬਕਾਇਦਾ ਸ਼ੁਰੂ ਕਰ, ਅਤੇ ਦੂਸਰਾ ਹਰ ਨਮਾਜ਼ ਦੇ ਨਾਲ ਨਾ ਇੱਕ 11 ਵਾਰੀ ਸਿਰਫ ਦਰੂਦ ਸ਼ਰੀਫ ਪੜ੍ਹ ਚੜਿਆ ਕਰ। ਅਸ਼ਾ ਵੇਲੇ ਵੇਖੀ ਧੀਏ ਤੈਨੂੰ ਪਤਾ ਵੀ ਨਹੀਂ ਲੱਗਣਾ ਕਿਹੜੇ ਵੇਲੇ ਨੀਂਦਰ ਆ, ਅਤੇ ਸੱਚੀ ਮੁੱਚੀ ਸਭਾ ਮੈਂ ਇੰਝ ਕੀਤਾ ਮੈਨੂੰ ਨੀਂਦਰ ਆਉਣੀ ਸ਼ੁਰੂ ਹੋ ਗਈ। ਅੱਛਾ ਨਹੀਂ ਤਾਂ ਨੀਂਦਰ ਦੀ ਵਜ੍ਹਾ ਤੋਂ ਮੈਂ ਬੜੀ ਆਵਾਜ਼ਾਂ ਮਿਲਾਏ ਲੱਗਦਾ ਜੀ ਮੈਂ ਸਦੀਆਂ ਦੀ ਬਿਮਾਰ ਹੋਈ। ਫਿਰ ਮੈਨੂੰ ਸਕੂਨ ਹੋ ਗਿਆ ਸੀ, ਫਿਰ ਨਹੀਂ ਮੈਂ ਇੰਝ ਹੁੰਦੀ। ਅਤੇ ਮੈਂ ਅੱਜ ਵੀ ਉਹਨੂੰ ਦੁਆਵਾਂ ਦੇਣੀ ਆ ਚਾਚੀ ਨੂੰ, ਕਹਿੰਦੀ ਅੱਲਾ ਤੈਨੂੰ ਭਲਾ ਹੋਵੇ, ਤੂੰ ਮੈਨੂੰ ਕਿੱਡੀ ਵਧੀਆ ਗੱਲ ਦੱਸੀ। ਅੰਸ਼ ਨਮਾਜ਼ ਪੜ੍ਹੀਏ ਅਤੇ ਧੀ ਅੱਲਾ ਬੜਾ ਸਕੂਨ ਦਿੰਦਾ, ਅਤੇ ਸੱਚੇ ਦਿਲ ਨਾਲ ਅਤੇ ਨਾਲੇ ਦਰੂਦ ਸ਼ਰੀਫ ਪੜ੍ਹਨ ਨਾਲ ਨਾ ਦਿਮਾਗ ਦੀਆਂ ਨਾੜਾਂ ਠੰਡੀਆਂ ਰਹਿੰਦੀਆਂ। ਪਤਾ ਲੋਕਾਂ ਦਾ ਬਲੱਡ ਉਹ ਤੇਜ਼ ਹੋਏ ਅਤੇ ਆਉਂਦੇ ਨੇ ਦਰੂਦ ਸ਼ਰੀਫ ਪੜ੍ਹੋ, ਪੈਸੇ ਲਈ ਹੈ ਨਾ ਸਾਡਾ ਨੱਬਾ ਜੀ ਇਤਕਾਦ ਵੀ ਹੈ ਨਾ ਨਾਲੇ ਹਕੀਕਤ ਹੈ ਸਾਡਾ ਕਿ ਅਸੀਂ ਅੱਲਾ ਦਾ ਨਾਂ ਲਈਏ ਨਮਾਜ਼ ਇੱਥੋਂ ਚੱਪਾ ਵੇਖ ਅੱਲਾ ਦਾ ਨਾਂ ਲਈਏ ਤੇ ਅਸੀਂ ਨਾ ਇੱਥੋਂ ਜ਼ਿੰਮੇਵਾਰੀ ਨਹੀਂ ਤੱਕ ਕੱਢੀ ਚੱਲੇ ਉਹਰੇ ਕਿੰਨੀ ਮੈਂ ਇਹਨੂੰ ਕਹਿੰਦੀ ਨਹੀਂ ਸਿਰ ਭਰਿਆ ਚੌਂਕ ਵਿੱਚੋਂ। ਅੱਛਾ ਕਈ ਜਗ੍ਹਾ ਤੇ ਤੁਸੀਂ ਜ਼ਖਮ ਕਰ ਗਏ ਨਾ, ਉਹ ਜ਼ਖਮ ਕੀਤੇ ਇਹਨੇ ਹਰਸ਼ ਕਰ ਕਰਕੇ ਬਲੱਡ ਨਹੀਂ ਜਿਵੇਂ ਨਿਕਲ ਜਾਂਦਾ ਉਂਝ ਵੀ ਹੋਇਆ ਇੱਥੇ ਨਹੀਂ ਤੱਕ ਕੋਈ ਨਹੀਂ ਤਾਂ ਇਲਾਵਾ ਵੀ ਇੱਥੇ ਭਰੀਆਂ ਬੈਠੀਆਂ ਨੇ ਨੇੜੇ ਨੇੜੇ ਹੋ ਆਪੇ ਚ ਸਲਾਹਾਂ ਬੰਦਿਆਂ ਦੀਆਂ ਬਦਖੋਈਆਂ ਕਰਨ ਲਈਆਂ ਇੱਕ ਨਿਕਲੀ ਹੈ ਬੜੀ ਤੇਲ ਦੇ ਨਾਲ ਉਹ ਐਨ ਜਿਵੇਂ ਦਮੋਸ਼ ਹੋਈਆਂ ਹਾਂ ਅੱਖਾਂ ਨੂੰ ਪੈਂਦਾ ਨਾ ਤੇਲ ਜਿਹੜਾ ਹੁੰਦਾ। ਵੈਸੇ ਵੀ ਇਨਸਾਨ ਲਈ ਨਾ ਤੇਲ ਅੱਖਾਂ ਦੇ ਲਈ ਬੜਾ ਮੌਜ਼ਰ ਹੈ। ਅਤੇ ਜਦੋਂ ਚੀਲਾ ਵਗੈਰਾ ਹੁੰਦਾ ਤਾਂ ਉਦੋਂ ਕਹਿੰਦੇ ਨਹੀਂ ਬਜ਼ੁਰਗ ਕਿ ਤੇਲ ਪਾ ਕੇ ਰੱਖਣਾ ਚਾਹੀਦਾ, ਅਸੀਂ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਲਾਉਂਦੀਆਂ ਨੇ ਨਾ ਯਾਰ ਅੱਖਾਂ 'ਚ ਨਹੀਂ ਤੇਲ ਪਾਈਦਾ ਸਿਰ 'ਚ ਪਾਈਦਾ। ਸਿਰ 'ਚ ਹੀ ਤੇਲ ਪਾਈ ਰੱਖੀਦਾ ਕਿਉਂਕਿ ਪੁਰਾਣੇ ਚੀਲੇ ਹੁੰਦੇ ਸਨ ਅਤੇ ਹੁਣ ਤਾਂ ਅਸੀਂ ਹਾਂ ਚੀਲਿਆਂ ਦਾ ਪਤਾ ਹੀ ਨਹੀਂ ਨਾ ਦੇਸੀ ਘਿਓ ਅਤੇ ਸੁਰਮਾ ਵੀ ਕਹਿੰਦੇ ਨੇ ਮੇਰੇ ਨਾਨੋ ਕਹਿੰਦੇ ਨੇ ਅੱਖਾਂ ਕੱਚੀਆਂ ਨਹੀਂ ਨਾ ਸੁਰਮਾ ਅੱਖ ਵੈਸੇ ਮਜ਼ਬੂਤ ਹੁੰਦਾ। ਅੱਛਾ ਤੇਰੀ ਨਾਨੀ ਦੀ ਹਾਲੇ ਵੀ ਨਜ਼ਰ ਬੜੀ ਸੋਹਣੀ ਹੈ ਨਾ ਸੋਹਣੀ ਕਿੱਥੇ ਵੀਕ ਹੋ ਗਈ ਜਾਨ ਬੜੀ ਨਵੇਂ ਸਾਲ ਤੋਂ ਉੱਤੇ ਜੇ ਰੰਗਤ ਵੀ ਹਾਲੇ ਵੇਲਾ ਕਿੱਡੀ ਖੂਬਸੂਰਤ ਹੈ ਟੈਂਡੀ ਸ਼ਗੁਫਤਾ ਕਹਿੰਦੇ ਹੁੰਦੇ ਨੇ ਕਹਿੰਦੇ ਤੂੰ ਆਪਣੀ ਨਾਨੀ ਆ ਤੇਰਾ ਵਰਗ ਰਹਿਣਾ ਸੋਹਣੀ ਮੋਟੀ ਹੋਣਾ ਤੇਰੀ ਨਾਨੋ ਤੇਰੀ ਅੰਮੀ ਦਾ ਤੇ ਕੱਦ ਮਾਸ਼ਾਅੱਲਾ ਸਹੀ ਹੈ ਨਾ ਅੰਮੀ ਦਾ ਵੀ ਮਾਸੀਆਂ ਦਾ ਇੱਕ ਮਾਸੀ ਦਾ ਮੇਰੇ ਜਿੱਡਾ ਜੀ ਤਿੰਨੇ ਮਾਸੀਆਂ ਕਿਹੜੀ ਵਾਲਾ ਰਬੀਨਾ ਦਾ ਰਬੀਨਾ ਨਹੀਂ ਰਾਨੋ ਜਿਹਨੂੰ ਆਂਟੀ ਰਾਨੋ ਆਰਫਾ ਕਹਿੰਦੇ ਨੇ। ਅੱਛਾ ਉਹ ਜਿਹੜੀ ਉੱਥੇ ਗੱਖੜੀ ਵਿਆਹੀ ਹੈ ਜਿਹਨੂੰ ਬੇਟਾ ਉਹਦੇ ਮੈਂ ਘਰ ਗਈ ਹਾਂ ਕਿੰਨੇ ਦਿੱਤਾ ਗੁੱਗੂ ਨੇ। ਅੱਛਾ ਅੱਛਾ ਉਹਨੂੰ ਦਿੱਤਾ ਹੈ ਗੱਖੜ ਵਾਲੀ ਨੂੰ ਨਹੀਂ ਨਹੀਂ ਗੱਖੜ ਵਾਲੀ ਨੂੰ ਨਹੀਂ ਗੱਖੜ ਵਾਲੀਆਂ ਦੇ ਤਿੰਨ ਬੇਟੀਆਂ ਨੇ। ਅੱਛਾ ਮੈਂ ਤਾਂ ਦਿੱਤੇ ਆਖਿਆ ਕਿ ਉਹਨੂੰ ਦਿੱਤਾ ਅੰਮੀ ਤੇ ਇੱਕ ਜਿਹੜੀ ਹਾਲਾ ਨਾ ਦੋਵੇਂ ਇਕੱਠੀਆਂ ਇੱਕ ਹੀ ਗੁਜਰਾਂਵਾਲਾ ਚ ਵਿਆਹੀਆਂ। ਅੱਛਾ ਅੱਛਾ ਫਤੋਮਣ ਨਹੀਂ ਜਿਹੜਾ ਆਹੋ ਫਤੋਮਣ ਦਾ ਸੁਣਿਆ ਉਸ ਸਾਈਡ ਤੇ ਆਂਟੀ ਨੇ ਤੇ ਸਲਮਾ ਦਰਾਣੀ ਜਿਹੜੀ ਫਤੋਮਣ ਦੀ ਆ ਦੇ। ਅੱਛਾ ਹਾਂ ਗੋਗੀ ਤੇ ਦੋਵੇਂ ਨਾ ਫਤੋਮਣ ਲੋ ਵਿਆਹ ਕੇ ਆਉਂਦੇ ਆ। ਅੰਮਾ ਨਾ ਆਂਦੀ ਸੀ ਨਾ ਕਰ ਲੈ ਵਿਆਹ ਤੇ ਲੋਕੀ ਦੋ ਦੋ ਵੀ ਤੇ ਕਰਦੇ ਨਾ ਲਾ ਸਕਦਾ ਤੇ ਮੇਰਾ ਦਿਓਰ ਆਉਂਦਾ ਸੀ ਵੇਖੋ ਅੰਮਾ ਅੰਮਾ ਜੀ ਉਹਦੇ 'ਚ ਕਿਹੜੀ ਗੱਲ ਦੀ ਕਮੀ ਹੈ ਐਡਾ ਕੱਦ ਦੇ ਵੇਖੋ ਮੇਰੇ ਨਾਲ ਐਡੀ ਲੰਮੀ ਹੈ ਚਿੱਟੀ ਗੋਰੀ ਹੈ ਸੋਹਣੇ ਨਕਸ਼ ਨੇ ਖਿਜ਼ਮਤ ਗੁਜ਼ਾਰ ਹੈ ਵੱਡੀ ਗੱਲ ਹੈ ਵੇ ਖਿਜ਼ਮਤ ਗੁਜ਼ਾਰ ਹੈ ਮੈਂ ਜੁੱਤੀ ਲਾ ਕੇ ਜਾਵਾਂ ਆਉਂਦਿਆਂ ਨੂੰ ਉਹਨੇ ਪਾਲਿਸ਼ ਕਰਕੇ ਸਾਂਭ ਕੇ ਤੇ ਡੱਬੇ 'ਚ ਸਾਂਭ ਕੇ ਰੱਖਦੀ ਹਰ ਚੀਜ਼ ਆਉਂਦਾ ਆਉਂਦਾ ਮੇਰੇ ਤੌਲੀਏ ਨੂੰ ਕਦੀ ਅਜ਼ਾ ਨਹੀਂ ਲੱਗਦੀ
ਕੱਪੜਾ ਲਾਵਾਂ ਧੋ ਕੇ ਪ੍ਰੈਸ ਕਰਕੇ ਏਡੇ ਸੋਹਣੇ ਸਾਂਭਦੀ, ਤੇ ਜੇ ਉਹ ਚਾਹੇ ਤੇ ਉਹ ਔਲਾਦ ਨਹੀਂ ਉਹਨੂੰ ਦੇ ਸਕਦਾ, ਜੇ ਰੱਬ ਦੇਗਾ ਤੇ ਇਹਦੇ ਚ ਦੇਗਾ, ਮੈਂ ਨਹੀਂ ਹੋਰ ਕਰਨਾ। ਹਾਲੇ ਕਿ ਮੌਕਾ ਮਿਲੇ ਬੰਦਾ ਕੋਈ ਛੱਡਦਾ ਹੈ ਗੱਲ, ਲੇਕਿਨ ਉਹਨੇ ਖੁਦ ਵੀ ਆਖਿਆ ਸੀ ਕਰ ਲਓ, ਤੇ ਕਹਿੰਦਾ ਸੀ ਨਹੀਂ ਅੱਲਾ ਮੈਨੂੰ ਅੱਲਾ ਦੇ ਘਰ ਚ ਯਕੀਨ ਹੈ, ਜੇ ਦੇਣਾ ਹੋਏਗਾ ਤੇ ਤੇਰੇ ਚ ਦੇਗਾ। ਹੋਈ ਹੈ ਨੀ? ਨਹੀਂ ਹੋਈ, ਭੈਣ ਵਿਆਹ ਲਿਆਂਦੀ ਸੀ ਉਹਦੇ 'ਚ ਹੋਏ ਨੇ ਮਾਸ਼ਾਅੱਲਾ, ਉਹਨੂੰ ਹੋਈ ਜੋ ਵੀ ਆਪਣੇ ਹੱਥੇ ਛਾਤੇ ਨੇ ਸਭ ਉਹਨਾਂ ਦੇ ਨਾਂ ਲਾਏ ਇਹਨਾਂ ਨੇ। ਅੱਛਾ, ਉਹਦੇ ਕਿੰਨੇ ਮਹਿ ਫਿਰੀ, ਕਿੰਨੇ ਭੈਣ ਭਰਾ? ਤਿੰਨ ਭਰਾ ਤੇ ਇੱਕ ਭੈਣ, ਚਾਰ ਬੱਚੇ। ਮਹਿ ਕਿੰਨਾ ਜਾਣੀ ਜੀ ਜਿਹੜੀ ਹੈ? ਨਹੀਂ ਕਪਸ਼ਾ ਜਿਹੜੀ, ਕਪਸ਼ਾ ਨਾਲ ਮੇਰੇ ਹਰ ਸਾਲ ਵੱਡੀ। ਕਪਸ਼ਾ ਫਾਤਮਾ ਇੱਕ ਜਿਹੜੀ ਹੈ? ਨਹੀਂ, ਫਾਤਮਾ ਨਾਲੋਂ ਸਾਲ ਵੱਡੀ ਹੈ ਕਪਸ਼ਾ, ਜ਼ੈਨੀ ਨਾਲ 2 ਸਾਲ ਛੋਟੀ, ਅਤੇ ਉਹ ਅੰਮਾ ਵੱਡੀ ਲੱਗਦੀ ਇਹਨਾਂ ਨਾਲੋਂ ਛੋਟੀ। ਇਹਨੇ ਤੁਹਾਡੀ ਫਾਤਮਾ ਨੇ ਮੋਟੀ ਹੋ ਜਾਣਾ। ਚਲੋ ਹੋ ਜਾਏਗੀ ਤਾਂ ਬਾਈ, ਅੱਗੇ ਵੀ ਹੋ ਹੀ ਗਈਆਂ, ਫਿਲਹਾਲ ਤਾਂ ਮੈਨੂੰ ਨਹੀਂ ਲੱਗਦਾ ਐਡੀ ਜਲਦੀ ਮੋਟੀ ਹੋਏਗੀ, ਕਿਉਂਕਿ ਹੁਣ ਤੱਕ ਤਾਂ ਨਹੀਂ ਹੋਈ, ਕਿਉਂਕਿ ਮੈਂ ਆਪ ਬੜੀ ਦੇਰ ਨਾਲ ਮੋਟੀ ਹੋਈ ਸਾਂ, ਜਲਦੀ ਮੋਟੀ ਨਹੀਂ ਹੋਈ। ਮੇਰੇ ਲਾਂਪ ਟਾਣ ਲੰਬੇ ਲੰਬੇ ਹਨ ਅਤੇ ਮੋਟੀ ਹੈ। ਮੈਂ ਜਦੋਂ ਬੱਚੇ ਪੈਦਾ ਕਰਨੇ ਬੰਦ ਕਰ ਦਿੱਤੇ ਨਾ, ਅਤੇ ਮੈਂ ਫੁੱਟਬਾਲਾਂ 'ਤੇ ਬੈਠੀ, ਮਗਰ ਉਦੋਂ ਢਿੱਡ ਵਧਿਆ ਸੀ, ਨਹੀਂ ਤਾਂ ਮੇਰਾ ਢਿੱਡ ਨਹੀਂ ਸੀ। ਹੁਣ ਤੇ ਇੱਕ ਪੈਦਾ ਕਰਕੇ ਕੁੜੀਆਂ ਜ਼ਿਆਦਾਤਰ ਮੋਟੀਆਂ। ਹਾਂ, ਆਸ਼ਾ ਦਾ ਨਹੀਂ ਹਾਲ, ਪੈਦਾ ਕਰਨ ਤੋਂ ਪਹਿਲਾਂ ਹੀ ਡੀ ਕੇ ਲੜ ਗਈ ਸੀ, ਬਲਕਿ ਵਿਆਹ ਤੋਂ ਪਹਿਲਾਂ ਹੀ ਹੋ ਗਈ। ਥੱਲੇ ਬੜੀਆਂ ਨੇ ਸਭਾ, ਜਿਵੇਂ ਤੂੰ ਕੱਢਣ ਡਈ ਲੈ ਬੜੀਆਂ ਨੇ ਵਿੱਚ। ਮੈਂ ਹੁਣ ਤੁਹਾਡਾ ਤੂੰ ਜੇ ਥੱਕ ਗਈ ਹੈ ਠੀਕ ਹੈ ਬਸ। ਪਤਾ ਕੀ ਭਾਜੀ, ਜਿੱਦਾਂ ਦਾ ਮੇਰਾ ਐਕਸੀਡੈਂਟ ਹੋਇਆ ਸੀ ਨਾ, ਮੇਰੇ ਕੋਲ ਜ਼ਿਆਦਾ ਦੇਰ ਮਤਲਬ ਹਾਂਡੀ ਪਕਾਉਂਦੀ ਹੋਵੇ ਨਾ, ਤਾਂ ਮੇਰੇ ਬਾਜ਼ੂ ਥੱਕ ਜਾਂਦੇ ਜੀ। ਅਜੇ ਕੀ ਹਾਂਡੀ ਨਾਲ ਕੀ ਹੁੰਦਾ, ਇਨਸਾਨ ਵਿੱਚ ਹੈ ਕੀ ਇਹ ਸਭਾ, ਸਾਡੀਆਂ ਜਿਹੜੀਆਂ ਖੁਰਾਕਾਂ ਖਾਧਾ ਨਾਲ ਬਣੀਆਂ ਨੇ, ਇਨਸਾਨ ਦੇ ਵਿੱਚ ਕੁਛ ਵੀ ਨਹੀਂ ਵਹਿੰਦਾ, ਨਹੀਂ ਇੰਝ ਸੌਂ ਜਾਂਦਾ ਜਿਵੇਂ ਕੁੱਕੜ ਸੌਂਦੇ ਨੇ। ਦਿਲ ਦਾ ਅਟੈਕ ਹੈ, ਕਦੀ ਕਿਤਲੇ ਸੁਣੀ ਦੀ ਸੀ ਗੱਲ, ਹੁਣ ਤਾਂ ਹਰ ਬੰਦਾ ਮਰਦਾ ਅਤੇ ਦਿਲ ਦਾ ਅਟੈਕ ਆਇਆ, ਉਹਨੂੰ ਅਟੈਕ ਆਇਆ, ਇਹ ਗੱਲ ਸੁਣਨ 'ਚ ਮਿਲਦੀ ਹੈ ਨਾ। ਬਿਲਕੁਲ ਸਹੀ ਜਾਂਦਾ, ਅਤੇ ਇਹ ਖੁਰਾਕਾਂ ਦਾ ਹਿਸਾਬ ਕਿਤਾਬ ਹੈ, ਖਾਦਾਂ ਵਾਲੀਆਂ ਖੁਰਾਕਾਂ ਦਾ। ਕੁਝ ਬਾਜੀ ਮੈਂ ਸ਼ੁਰੂ ਤੋਂ ਦੇਸੀ ਘਿਓ ਵੀ ਨਹੀਂ ਜਿੰਨਾ ਖਾਦਾ। ਯਾਰ ਮੈਂ ਵੀ ਨਹੀਂ ਖਾਦਾ, ਅਤੇ ਮੈਨੂੰ ਤਾਂ ਲੱਗਦਾ ਮੇਰੇ ਗੱਲ 'ਚ ਕਿਸੇ ਗੱਲ ਦੀ ਮੇਰੇ 'ਚ ਕਮੀ ਹੈ, ਲੇਕਿਨ ਮੈਨੂੰ ਸ਼ੂਗਰ ਵੀ ਹੋ ਗਈ। ਲੇਕਿਨ ਤੁਸੀਂ ਖਾ ਤਾਂ ਲੈਂਦੇ ਹੋ ਨਾ, ਇਹ ਤਾਂ ਨਹੀਂ ਨਾ ਕਿ ਤੁਸੀਂ ਖਾਂਦੇ ਹੀ ਨਹੀਂ। ਮੈਂ ਤਾਂ ਹੁਣ ਇਸ ਲਈ ਨਹੀਂ ਖਾਂਦੀ ਕਿ ਮੈਂ ਮੋਟੀ ਨਹੀਂ ਹੋਣਾ ਚਾਹੁੰਦੀ ਸਭਾ, ਅਤੇ ਜਦੋਂ ਖਾਣ ਦਾ ਟਾਈਮ ਸੀ ਉਦੋਂ ਜੁੜਦਾ ਨਹੀਂ ਸੀ, ਸੱਚੀ ਗੱਲ ਹੈ। ਕੋਈ 2 ਕਿਲੋ ਲੈ ਕੇ ਮਾਂ ਦਿੰਦੀ ਸੀ, ਕੋਈ 1.5 ਕਿਲੋ ਤੇਰੇ ਭਾਅ ਜੀ, ਅਤੇ ਉਹ ਖਾਂਦੇ ਨੀਫ ਹੀ ਸਨ, ਕਿਉਂਕਿ ਉਹਨੂੰ ਬੜਾ ਪਸੰਦ ਸੀ। ਮੈਂ ਖਾਂਦੀ ਨਹੀਂ ਸਾਂ, ਅਤੇ ਉਹ ਨਹੀਂ ਬਰਦਾਸ਼ਤ ਕਰਦੀ, ਅਤੇ ਫਿਰ ਉਹ ਇਹ ਵੀ ਉਮੀਦ ਰੱਖਦੀ ਸੀ ਕਿ ਮੇਰੇ ਨਾਲ ਜ਼ੈਨੀ ਨਾਲ ਜ਼ਿਆਦਾ ਪਿਆਰ ਕਰੇ, ਅਤੇ ਜ਼ੈਨੀ ਨਹੀਂ ਆਉਂਦੀ ਇਹ ਗੱਲ। ਅਤੇ ਮੈਂ ਐਨਕ, ਮੈਨੂੰ ਪਤਾ ਮੈਂ ਜਿੱਥੇ ਮਰਜ਼ੀ ਲੱਤ ਰੱਖ ਚੜ੍ਹਦੀ ਹਾਂ, ਅਤੇ ਉਹ ਪਿੱਛੇ ਪਿੱਛੇ ਲੱਭਦੀ ਫਿਰਦੀ, ਕਿਉਂਕਿ ਮੰਗਣੀ ਮੇਰੇ ਕੋਲ, ਅਤੇ ਮੈਂ ਜੀ ਅੱਲਾ ਦੀ ਕਸਮੇ ਕਰਦੀ ਹਾਂ, ਜ਼ੈਨੀ ਮੇਰੀ ਐਨਕ ਲੈ ਕੇ ਗਈ ਅਤੇ ਫਟਾਫਟ ਲੈ ਕੇ ਆਉਂਦੀ ਸੀ, ਉਹ ਪਿੱਛੇ ਪਿੱਛੇ ਸਾਂਭਦੀ ਫਿਰਦੀ। ਹਾਂ, ਤੇ ਮਾਵਾਂ ਨੂੰ ਉਹਨਾਂ ਨਾਲ ਜ਼ਿਆਦਾ ਪਿਆਰ ਹੁੰਦਾ ਨਾ, ਉਹ ਘਰ ਵੀ ਟੁੱਟ ਜਾਂਦੇ, ਯਾਦ ਕਰਦੀਆਂ ਨੇ। ਇਹ ਨੈਚੁਰਲ ਬਾਤ ਹੈ ਯਾਰ, ਗਿਵਨ ਐਂਡ ਟੇਕ ਚਲਤਾ ਰਹਤਾ ਹੈ। ਨਾਲੇ ਯਾਰ ਸੋਹਰਿਆਂ ਦੇ ਘਰ ਜਾ ਕੇ ਦੁਬਾਰਾ ਸੁਣਾਓ।